भाई गुरशरण सिंह जी लुधियाना वालियां दी रस भिन्नी आवाज विच हर वेले कथा कीर्तन अते सिमरन दा आनंद मानन लई भाई गुरशरण सिंह जी ऑफिशियल चैनल यूट्यूब नू सब्सक्राइब करो अते नवे कीर्तन वीडियोज लई बैल आइकन नू जरूर दबाओ अते ऑल नू सिलेक्ट करो। इस नाल हर नवे वीडियो दा नोटिफिकेशन आप जी दे मोबाइल ते आएगा, फिर तुसी उस दा आनंद माण सकदे हो। हर श्वास रंग देव, रंग देव, केवल तुसी ते तुहाडे वाहिगुरु जी। नेत्र बंद करके इस लमे दा रस लो, रस
दया करो, करो अपनी दया करो, अपनी दया करो, करो अपनी दया करो, अपनी दया करो, करो अपनी दया करो, हर प्रेम भगत हर प्रीत रचे, हर प्रेम भगत हर प्रीत रचे, हर प्रेम भगत संग मिली जे एहो मन दी जे, प्रब संग मिली जे एहो मन दी जे, नानक नाम मिले अपनी दया करो, नानक नाम मिले अपनी दया करो, नानक नाम ले अपनी दया करो, नानक नाम ले अपनी दया करो, नानक नाम मिले, नानक नाम मिले,
अपनी दया करो अपनी दया पत पाई है नाम मिलिए पत पाई है नाम मिलिए पत पाई है नाम मिलिए पत पाई है नाम मनिए सुख होए नाम मनिए सुख होए नाम मनिए सुख होए सतगुर ते नाम पाईए सतगुर ते नाम पाईए सतगुर ते नाम पाईए सतगुर ते नाम पाईए करम मिले प्रभु सोए करम मिले प्रभु सोए करम मिले प्रभु सोए नाम मिलिए पत पाईए नाम मिलिए पत पाईए नाम मिलिए पत पाईए नाम मिलिए पत पाईए नाम मनिए सुख होए नाम मनिए सुख होए जी नाम मनिए सुख होए वाहे गुरु 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 वाहे प्रभ सब कुछ सेवदे तू प्रभ सब कुछ सेवदे एक ठाडी करे पुकार एक ठाडी करे पुकार ओ एक ठाडी करे पुकार एक ठाडी करे पुकार देह दान संतोखिया देह दान देह दान संतो किया देह दान संतो किया सच्चा नाम मिले आधार सच्चा नाम मिले आधार सच्चा नाम मिले आधार सच्चा नाम मिले आधार वाहे गुरु वाहे गुरु वाहे गुरु वाहे गुरु वाहे गुरु
ਕਰੋਂ ਅਰਦਾਸ ਆਪਣੇ ਸਤਿਗੁਰ ਪਾਸ 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 ਨਾਨਕ ਨਾਮ ਮਿਲੈ ਸਚ ਰਾਸ ਨਾਨਕ ਨਾਮ ਮਿਲੈ ਸਚ ਰਾਸ ਜੀ ਨਾਨਕ ਨਾਮ ਮਿਲੈ ਸਚ ਰਾਸ ਅਰਦਾਸ ਆਪਣੇ ਵਾਹਿਗੁਰੂ ਜੀ ਪਾਸ ਅਰਦਾਸ ਕੀ ਕੀਤੀ ਨਾਨਕ ਨਾਮ ਮਿਲੇ ਨਾਮ ਮਿਲੇ ਆਪਣੀ ਦਇਆ ਜੇ ਦਇਆ ਕਰਨ ਲੱਗਾ ਹੈ ਗਰੀਬ ਨਿਵਾਜ ਤੇ ਆ ਦਇਆ ਕਰੀ ਮੇਰੀ ਝੋਲੀ ਚ ਆਪਣਾ ਨਾਮ ਪਾ ਦੀ ਮੰਗਣ ਵੇਲੇ ਕੋਈ ਹੋਰ ਸ਼ੈ ਨਹੀਂ ਮੰਗੀ ਜੇ ਦਇਆ ਦੇ ਖਾਤੇ ਖੁਲਵਾਏ ਨੇ ਨਾ ਜੇ ਸਤਿਗੁਰੂ ਜੀ ਕੋਲੋਂ ਦਇਆ ਦੇ ਖਾਤੇ ਖੁਲਵਾਏ ਤੇ ਮੰਗਿਆ ਨਾਮ ਵੱਡੀ ਸ਼ੈ ਹੈ ਸਤਿਸੰਗਤ ਵੱਡੀ ਸ਼ੈ ਕਈ ਵਾਰੀ ਦਾਸ ਬੇਨਤੀ ਕਰਦਾ ਰੱਬ ਤੋਂ ਵੀ ਉੱਪਰ ਹੈ ਰੱਬ ਦਾ ਨਾਮ ਉੱਚੇ ਉੱਪਰ ਉੱਚਾ ਨਾਮ ਉੱਚਾ ਰੱਬ ਦੇ ਕੋਲੋਂ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ ਰੱਬ ਦੇ ਮੈਂ ਖੁੱਲੇ ਲਫ਼ਜ਼ ਬੋਲ ਰਿਹਾ ਰੱਬ ਦੇ ਕੋਲੋਂ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ ਉਹਦੇ ਨਾਮ ਦਾ ਪੱਲਾ ਫੜ ਲਓ ਉਹਦੇ ਨਾਮ ਦਾ ਪੱਲਾ ਫੜ ਲਓ ਇਹ ਗਰੰਟੀ ਮੈਂ ਨਹੀਂ ਦੇ ਰਿਹਾ ਇਹ ਗਰੰਟੀ ਸਤਿਗੁਰੂ ਜੀ ਦੇ ਰਹੇ ਨੇ ਸਤਿਗੁਰੂ ਜੀ ਜਿਨ ਜਿਨ ਨਾਮ ਤੇ ਆਇਆ ਤਿਨਕੇ ਉਹ ਜਿਨ੍ਹਾਂ ਜਿਨ੍ਹਾਂ ਨੇ ਨਾਮ ਦਾ ਪੱਲਾ ਪਕੜਿਆ ਨਾ ਉਹਨਾਂ ਦੇ ਕਾਜ ਸਰੇ ਪਰ ਇੱਕ ਅਕੀਦੇ ਚ ਬਹਿਣਾ ਪਏ ਇੱਕ ਵਿਸ਼ਵਾਸ ਚ ਬਹਿਣਾ ਪਏ ਬੜੀ ਵਾਰੀ ਆਪ ਜੀ ਨੇ ਭਰੋਸੇ ਦਾ ਸਬਜੈਕਟ ਸੁਣਿਆ ਵਿਸ਼ਵਾਸ ਦਾ ਸੁਣਿਆ ਅਕੀਦੇ ਦਾ ਸੁਣਿਆ ਕੋਈ ਕੰਮ ਅਕੀਦੇ ਚ ਹੋਵੇ ਵਿਸ਼ਵਾਸ ਚ ਹੋਵੇ ਉਹਦੇ ਰਿਜ਼ਲਟ ਹਮੇਸ਼ਾ ਪੋਜ਼ਿਟਿਵ ਹੁੰਦੇ ਨੇ ਜੀ ਪੋਜ਼ਿਟਿਵ
ਸਤਿਗੁਰ ਜੀ ਨੂੰ ਰਹਿਮਤ ਕਰਨੀ ਪੈਂਦੀ ਹੈ। ਕੋਈ ਟਿਕ ਕੇ ਬੈਠੇ ਤਾਂ ਸਹੀ, ਟਿਕ ਕੇ ਬੈਠੇ ਸਤਸੰਗ। ਇੱਕ ਹੱਡ ਬੀਤੀ ਦਾਸ ਦੇ ਸਾਹਮਣੇ ਆਈ ਔਰ ਵਾਕਈ ਸਤਸੰਗਤ ਮੈਨੂੰ ਸੋਚਣ ਤੇ ਮਜਬੂਰ ਕਰਤਾ ਇਸ ਹੱਡ ਬੀਤੀ ਨੇ। ਸਾਡੇ ਸਿਦਕ ਚ ਕਮੀ ਹੈ, ਬਸ ਸਾਡੇ ਸਿਦਕ ਚ, ਉਹਦੇ ਦੇਣ ਚ ਕਮੀ ਨਹੀਂ। ਕੋਈ ਬਹਿ ਜਾਵੇ ਸਿਦਕ ਦੇ ਵਿੱਚ, ਕੋਈ ਬਹਿ ਜਾਵੇ ਭਰੋਸੇ ਚ, ਕੋਈ ਅਕੀਦੇ ਚ ਬਹਿ ਜਾਵੇ, ਉਹ ਫਿਕਰ ਪਾ ਦਿੰਦਾ ਰੱਬ ਨੂੰ। ਆਖੋ ਸਤਨਾਮ, ਫਿਕਰ ਪਾ ਦਿੰਦਾ। ਪਾਤੜੇ ਤੋਂ ਬੀਬੀ ਜੀ ਦਾ ਫੋਨ ਸਤਸੰਗਤ ਸਾਡੇ ਫੋਲੋਅਪ ਟੀਮ ਦੀ ਮੈਂਬਰ ਨੂੰ ਆਇਆ। ਉਹਨੇ ਜਿਹੜੀ ਗੱਲ ਦੱਸੀ ਕਮਾਲ, ਉਹਨੇ ਆਪਣੇ ਹੱਡ ਬੀਤੀ ਸਤਸੰਗਤ ਸ਼ੇਅਰ ਕੀਤੀ ਸੀ। ਉਹਨੇ ਕਿਹਾ, ਕਹਿੰਦੇ ਵੀਰ ਜੀ ਤੱਕ ਇਹ ਪਹੁੰਚਾ ਦੇਣਾ। ਆਪਣੀ ਹੱਡ ਬੀਤੀ ਉਹਨਾਂ ਨੇ ਸ਼ੇਅਰ ਕੀਤੀ ਸਾਡੇ ਨਾਲ, ਤੇ ਜਦੋਂ ਦਾਸ ਨੇ ਸਤਸੰਗ ਉਹਦੀ ਹੱਡ ਬੀਤੀ ਸੁਣੀ, ਆਈ ਵਾਸ ਟੋਟਲੀ ਸ਼ੌਕਡ। ਮੈਂ ਇੰਨਾ ਸ਼ੌਕਡ ਸੀ ਵੀ ਕਮਾਲ ਹੈ, ਐਸੇ ਐਸੇ ਸਿਦਕੀ ਬੈਠੇ ਹੋਏ, ਐਸੇ ਐਸੇ ਸਿਦਕ ਵਾਲੇ ਵੀ ਬੈਠੇ। ਫਿਰ ਸਤਸੰਗਤ ਕੋਈ ਚੀਜ਼ ਦਾਸ ਨੂੰ ਲੱਗਦੀ ਹੈ ਨਾ ਕਿ ਜਿਹੜੀ ਚੀਜ਼ ਸੁਣਾਉਣ ਦੇ ਨਾਲ ਕਈਆਂ ਦੇ ਅਕੀਦੇ ਪੱਕੇ ਹੋਣ, ਕਈਆਂ ਦੇ ਵਿਸ਼ਵਾਸ ਪੱਕੇ, ਉਹਨੂੰ ਇਸ ਕੀਰਤਨ ਦਾ ਹਿੱਸਾ ਬਣਾ ਦੇਈਦਾ। ਤੇ ਜਦੋਂ ਸਤਸੰਗਤ ਆ ਟੇਪਾਂ, ਇਹ ਕੀਰਤਨ ਸਤਸੰਗਤ ਜਦੋਂ ਚੈਨਲਾਂ 'ਚ ਜਲਦੀ, ਇੱਕ ਦੇ ਸਦਕਾ ਪਤਾ ਨਹੀਂ ਕਿਤਨੇ ਦੇ ਅੰਦਰ ਸ਼ਰਧਾ ਭਰੀ ਜਾਂਦੀ ਹੈ, ਕਿਤਨੇ ਅੰਦਰ ਵਿਸ਼ਵਾਸ ਭਰਿਆ ਜਾਂਦਾ। ਉਹਦੀਆਂ ਰਹਿਮਤਾਂ ਹੁੰਦੀਆਂ ਸਤਸੰਗਤ, ਫਿਰ ਰਹਿਮਤਾਂ ਹੁੰਦੀਆਂ। ਜਦੋਂ ਦਾਸ ਕੋਈ ਹੱਡ ਬੀਤੀ ਲਾਉਂਦਾ ਤੇ ਪਹਿਲੇ ਉਹ ਟੈਲੀ ਕਰਦਾ ਜਿੱਥੋਂ ਫੋਨ ਆਇਆ ਹੁੰਦਾ, ਫਿਰ ਉਹਨਾਂ ਨੂੰ ਦਾਸ ਵੱਲੋਂ ਫੋਨ ਜਾਂਦਾ ਕਿਸੇ ਸਿੰਘ ਦਾ, ਤੇ ਉਹ ਉਹਨਾਂ ਦੀ ਆਵਾਜ਼ ਦੇ ਵਿੱਚ ਹੀ ਰਿਕਾਰਡ ਕਰ ਲੈਂਦਾ ਵੀ ਤੁਹਾਡੇ ਨਾਲ ਕੀ ਹੋਇਆ, ਤਾਂ ਕਿ ਉਹੀ ਚੀਜ਼ ਸੁਣਾਈ ਜਾਵੇ। ਔਰ ਜਿਹੜੀ ਹੁਣ ਮੈਂ ਚੀਜ਼ ਸੁਣਾਉਣ ਲੱਗਾ, ਜਿਹੜੀ ਬਾਤ ਤੁਹਾਨੂੰ ਸੁਣਾਉਣ ਲੱਗਾ ਸੱਸ, ਇਹ ਦਾਸ ਦੇ ਕੋਲ ਰਿਕਾਰਡਿੰਗ ਪਈ ਹੋਈ ਹੈ, ਆਡੀਓ ਰਿਕਾਰਡਿੰਗ ਸਾਰੀ। ਮੰਨਣਾ ਕਈ ਵਾਰੀ ਮੁਸ਼ਕਲ ਹੋ ਜਾਂਦਾ, ਪਰ ਜਦੋਂ ਸਾਕਸ਼ ਸਾਹਮਣੇ ਹੋਵੇ, ਜਦੋਂ ਪ੍ਰਮਾਣ ਸਾਹਮਣੇ ਹੋਵੇ, ਫਿਰ ਮੰਨਣਾ ਹੀ ਪੈਂਦਾ, ਮੰਨਣਾ ਹੀ ਪੈਂਦਾ। ਇਹ ਬੀਬੀ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੀ, ਪਾਤੜੇ ਰਹਿੰਦੀ ਹੈ ਜੀ, ਬੀਬੀ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੀ। ਉਹਨੇ ਦੱਸਿਆ, ਕਹਿੰਦੇ ਮੈਂ ਠਾਕੁਰ ਜੀ ਨੂੰ ਮੈਂ ਮੰਨਦੀ ਹਾਂ, ਠਾਕੁਰ ਜੀ ਦੀ ਉਪਾਸ਼ਕ ਸੀ ਉਹ ਬੀਬੀ। ਤੇ ਕਹਿੰਦੇ ਇੱਕ ਦਿਨ ਠਾਕੁਰ ਜੀ ਮੇਰੇ ਸੁਪਨੇ 'ਚ ਆਏ, ਸੁਣੇ, ਕਹਿੰਦੇ ਇੱਕ ਦਿਨ ਠਾਕੁਰ ਜੀ ਮੇਰੇ ਸੁਪਨੇ 'ਚ ਆਏ ਤੇ ਮੈਨੂੰ ਕਹਿਣ ਲੱਗੇ, ਜੇ ਸੰਸਾਰ ਤੋਂ ਬਚਣਾ ਚਾਹੁੰਦੀ ਹੈ, ਜੋ ਲਫ਼ਜ਼ ਉਹਨੇ ਬੋਲੇ ਮੇਰੇ ਕੋਲ ਰਿਕਾਰਡ ਪਏ ਹੋਏ ਨੇ ਸਤਸੰਗ, ਬੇਸ਼ੱਕ ਤੁਸੀਂ ਸੁਣਨਾ ਸੁਣ ਲਿਓ ਮੇਰੇ ਕੋਲ, ਉਸ ਬੀਬੀ ਨੂੰ ਮਿਲਣਾ ਮਿਲ ਲਿਓ। ਕਹਿੰਦੇ ਠਾਕੁਰ ਜੀ ਮੇਰੇ ਸੁਪਨੇ 'ਚ ਆਏ ਤੇ ਮੈਨੂੰ ਸੁਪਨੇ 'ਚ ਆ ਕੇ ਕਹਿਣ ਲੱਗੇ, ਕਹਿੰਦੇ ਤੂੰ ਹੁਣ ਗੁਰਦੁਆਰੇ ਦਾ ਲੜ ਫੜ ਲੈ। ਆਖੋ ਸਤਨਾਮ, ਇਹੀ ਲਫ਼ਜ਼, ਇਹੀ ਲਫ਼ਜ਼, ਗੁਰਦੁਆਰੇ ਦਾ ਲੜ ਫੜ ਲੈ। ਜੇ ਸੰਸਾਰ ਸਾਗਰ ਤੋਂ ਤਰਨਾ ਚਾਹੁੰਦੀ, ਗੁਰਦੁਆਰੇ ਦਾ ਲੜ ਫੜ ਲੈ। ਕਹਿੰਦੇ ਇਹ ਇੱਕ ਆਦੇਸ਼ ਸੀ ਮੇਰੇ ਠਾਕੁਰ ਜੀ ਵੱਲੋਂ। ਉਸ ਬੀਬੀ ਨੇ ਦੱਸਿਆ, ਕਹਿੰਦੇ ਮੇਰਾ ਬੜਾ ਚਿੱਤ ਕਰਿਆ ਕਰਦਾ ਸੀ ਮੈਂ ਗੁਰਦੁਆਰੇ ਜਾਵਾਂ। ਜਦੋਂ ਕਹਿੰਦੇ ਮੈਂ ਗੁਰਦੁਆਰੇ ਦੇ ਬਾਹਰੋਂ ਲੰਘਦੀ ਸੀ, ਮੇਰਾ ਮਨ ਹਮੇਸ਼ਾ ਬਹਿਵਲ ਹੁੰਦਾ ਸੀ ਮੈਂ ਅੰਦਰ ਜਾਵਾਂ,
पर चक जांदी सी, शर्म कर जांदे सी कि पता नहीं कोई कुछ कह ना दे। पर एक घर तो ऐसा है सत्संग जो शरण आवे तिस कंठ लावे। इत्थे नहीं वेख्या जांदा कोई इस्लाम धर्म का आ रहा है कि ईसाई धर्म का आ रहा है कि हिंदू धर्म का आ रहा है कि सिख धर्म का। इत्थे तां गलवकड़ियां खुलियां होईयां ने गुरु नानक दियां को सतनाम। सत श्री अकाल। ओ बीबी कहण लगी कहिंदे मैं गुरुद्वारा साहिब जाना शुरू कर दिता, हौली हौली मैं बाणी पढ़नी शुरू करती। उह बोले जपजी साहब दे पाठ, सुखमनी साहब दे पाठ। कहिंदे मैनूं बड़ा रस आया करे, बड़ा रस आया। क्यों ठाकुर जी ने इत्थे भेजिया, क्यों किवें? कहिंदे इह तां हुण ठाकुर जी जाण। पर कहिंदे जिहड़ा रस तो मैं अधूरी सी ना, जिस रस तो मैं वांझी सी, जिस रस की तलाश च सी, कहिंदे उह रस मैनूं आना शुरू हो गया। जदों मैं जपजी साहब का पाठ, सुखमनी साहब का पाठ करा, बड़ा आनंद आ। हौली हौली कहिंदे मैं करदी गई हौली हौली। कहिंदे आदमी ने रोज रोकना बल्कि टोकना, तू कि रस्ते पै गए। होंदा ही है, हर धर्म का हिसाब किताब अपना अपना। उन्हें बहुत रोकने की कोशिश करनी पर बीबी ना रुकी। वो कहिंदे तुसी ना रुको, मैं जे रोकोगे भी तो मैं मनांगी नहीं। जो आनंद मैनू हुण आ रहा है जीवन का, कहिंदे आ आनंद हुण नहीं छड़ सकदा। गल पहुंचदिआं पहुंचदिआं पेकियां तक पहुंच गई इहदे बीबी दे। भरावां ने भी समझाया कि भैणे दो बेड़ियां च पैर नहीं रखी दे, आखो सतनाम। दो बेड़ियां च पैर, तू दो बेड़ियां च पैर रखिया डुबेंगे। वो कहण लगी भरावा बेड़ी तां मेरी इक्को ही है, बेड़ी मेरी हुण इक्को ही है, धन गुरु नानक, आखो सतनाम। आ श्री गुरु ग्रंथ साहिब महाराज जी की बाणी, हुण बेड़ी मेरी इक्को ही है। बड़ा प्रेशर पाया गया कि भई असी दूसरे धर्म दे आ, तुसी ये काम शुरू करता। इन्ना प्रेशर पाया सात सगत बैन ला दिता, बैन। वो बीबी दसदी कहते 10 दिन मैं गुरुद्वारे नहीं गई, 10 दिन कहते मैं गुरुद्वारे नहीं गई। और जिवें मछली तड़फदी ना पानी तो बगैर, ऐदा मैं कहिंदे बाणी तो बगैर तड़फा। अंदर मेरा कहिंदे तड़फे, बाणी तो बगैर तड़फे। 10 दिन कहिंदे मसां कट्टे, ते 11वां दिन जदों चढ़िया ना 11, कहिंदे मैं अपने आदमी नूं कह दिता, कहिंदे जी तुसीं मारना मार लिओ, तुसीं जो मेरे नाल सलूक करना कर लिओ, मैं तां चली गुरुद्वारे, मेरे कोल नहीं रहा जांदा जी। आखो सतनाम, मेरे कोल नहीं रहा। आशकी ऐसी होवे, ये इश्क करना है ना अपने मालक दे नाल, साई दे नाल, ते एहो जा इश्क करियो कि रह ना सकां। हाँ, रह ना सकां बिन देखे प्रीतम। मैं कई बारी सोचदा अपने धर्म दे साथ संगत कई बारी रह जांदे ने, घर वाले कई बारी पिछे रह जांदे ने, ते बार वाले सत्संगत घर वाले तो कई गुणा अगे लंघ जांदे ने। आखो सतनाम, कई गुणा। सानू सिखी विरासत च मिल गई, सानू सिखी ओ कह लो फ्री च मिल गई, कोई घालना नहीं, घालना घालनी पई, ते कोई एडी अहमियत नहीं साडे वास्ते। पुछो उहनां नूं सत्संगत, उह जिहड़ा सिखी दे नाल इश्क ला के बैठे, बाणी नाल इश्क ला के बैठे। तन ओ बीबी ते ओ बीबी दे चरणा दे विच मेरी नमस्कार। कहिंदे 10 दिन मैं किदां कट्टे जी, मेरा जीना मरना सामने आ गया सी। 11वें दिन कहिंदे मैं अपने घर वाले नूं कह दिता, साई जी मारना मार लो, जो करना कर लो, मैं चली, मेरे कोल नहीं रहा जांदा, मैं अपने मालक कोल चली। श्री गुरु ग्रंथ साहिब महाराज कहिंदे मैं गुरु ग्रंथ साहिब महाराज जी कोल गुरुद्वारा साहिब चली गई। जदों मैं गुरुद्वारे पैर रख्या, अजीब जी शांति अंदर खेड़ा। ध्यान सुनना हुण सत्संग,
ਕਹਿੰਦੇ ਮੈਂ 10 ਦਿਨ ਦਾ ਕੋਟਾ ਉੱਥੇ ਲਾਇਆ ਮਹਾਰਾਜ ਦੀ ਹਜ਼ੂਰੀ ਬੈਠੇ ਵੈਰਾਗ ਕਹਿੰਦੇ ਮੇਰੀ ਅੱਖਾਂ ਚੋਂ ਕਿ ਸੱਚੇ ਪਾਤਸ਼ਾਹ 10 ਦਿਨ ਆਪਣੇ ਤੋਂ ਦੂਰ ਰੱਖੀ 10 ਦਿਨ ਦੂਰ ਮੇਰੇ ਕੋਲ ਕੀ ਗੁਨਾਹ ਹੋ ਗਿਆ ਇਦਾਂ ਦੇ ਪਿਆਰ ਵਾਲੇ ਬਚਨ ਜਿਵੇਂ ਧੀ ਪਿਓ ਦੇ ਨਾਲ ਕਰਦੀ ਹੈ ਕਿ ਮੇਰੇ ਕੋਲੋਂ ਕਿਹੜਾ ਕਸੂਰ ਹੋ ਗਿਆ ਜਿਹੜਾ 10 ਦਿਨ ਦੂਰ ਕੀਤਾ ਚਲੋ ਜਿਤਨਾ ਸਮਾਂ ਲਾਣਾ ਸੀ ਲਾਇਆ ਘਰ ਆਈ ਹਾਲੇ ਉਹ ਬੀਬੀ ਘਰ ਪਹੁੰਚੀ ਹੈ ਤੇ ਸੁਨੇਹਾ ਮਿਲ ਗਿਆ ਸਤ ਸੰਗਤ ਕਿ ਵੱਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਆਖੋ ਸਤਨਾਮ ਐਕਸੀਡੈਂਟ ਔਰ ਇੰਨਾ ਜ਼ਬਰਦਸਤ ਐਕਸੀਡੈਂਟ ਕਿ ਮੋਟਰਸਾਈਕਲ ਸਤ ਸੰਗਤ ਐਨ ਜਿਵੇਂ ਆਪਾਂ ਕਹਿ ਲਈਏ ਪਖੱਚੇ ਉੱਡ ਗਏ ਉਹਦੇ ਪਰ ਬੇਟੇ ਨੂੰ ਇੱਕ ਝਰੀਟ ਵੀ ਨਹੀਂ ਆਈ ਆਖੋ ਸਤਨਾਮ ਇੱਕ ਝਰੀਟ ਇੱਕ ਝਰੀਟ ਘਰ ਵਾਲੇ ਨੂੰ ਜਦੋਂ ਪਤਾ ਲੱਗਾ ਮੁੰਡੇ ਦੇ ਪਿਓ ਨੂੰ ਪਤਾ ਲੱਗਾ ਇਸ ਚੀਜ਼ ਤੋਂ ਉਹ ਵੀ ਹੈਰਾਨ ਤੇ ਇਹ ਬੀਬੀ ਕਹਿਣ ਲੱਗੀ ਕਹਿੰਦੇ ਸਾਈਂ ਜੀ ਵੇਖ ਲਓ ਅੱਜ 11ਵੇਂ ਦਿਨ ਮੈਂ ਗਈ ਹਾਂ ਤੇ ਮੇਰੇ ਮਾਲਕ ਨੇ ਐਸੀ ਕਿਰਪਾ ਕੀਤੀ ਜਿਤਨਾ ਕਸ਼ਟ ਮੇਰੇ ਬੱਚੇ ਦੇ ਉੱਪਰ ਸੀ ਕਹਿੰਦੇ ਉਹ ਮੋਟਰਸਾਈਕਲ ਤੇ ਲਾ ਦਿੱਤਾ ਕੋ ਸਤਨਾਮ ਹਾਂਜੀ ਦ੍ਰਿਸ਼ਟੀ ਹੈ ਦ੍ਰਿਸ਼ਟੀ ਹੈ ਸੋਚ ਹੈ ਹੁਣ ਇਹਨੂੰ ਸਾਧ ਸੰਗਤ ਕਈ ਨੈਗੇਟਿਵ ਵੀ ਲੈ ਸਕਦੇ ਗੁਰਦੁਆਰੇ ਗਈ ਆ ਤੇ ਬੱਚੇ ਦਾ ਐਕਸੀਡੈਂਟ ਹੋ ਗਿਆ ਇਹ ਸੋਚ ਹੈ ਦ੍ਰਿਸ਼ਟੀ ਹੈ ਅੱਧਾ ਗਲਾਸ ਪਾਣੀ ਦਾ ਭਰਿਆ ਕੋਈ ਉਹਨੂੰ ਵੇਖ ਕੇ ਕਹਿੰਦਾ ਜੀ ਅੱਧਾ ਭਰਿਆ ਤੇ ਕੋਈ ਉਹਨੂੰ ਵੇਖ ਕੇ ਕਹਿੰਦਾ ਅੱਧਾ ਖਾਲੀ ਹੈ ਇਹ ਤਾਂ ਦ੍ਰਿਸ਼ਟੀ ਹੈ ਸਾਡੀ ਦ੍ਰਿਸ਼ਟੀ ਜੇ ਆਪਾਂ ਦੇਖਣਾ ਕਿ ਅਸੀਂ ਨੈਗੇਟਿਵ ਲੈਣਾ ਕਿ ਪੋਜ਼ਿਟਿਵ ਲੈਣਾ ਹਰ ਇਨਸੀਡੈਂਟ ਨੂੰ ਹਰ ਹਾਦਸੇ ਨੂੰ ਪੋਜ਼ਿਟਿਵ ਦੇ ਨਾਲ ਜੋੜਿਆ ਪੋਜ਼ਿਟਿਵ ਨਾਲ ਸੱਟ ਲੱਗ ਗਈ ਖੂਨ ਨਿਕਲ ਪਿਆ ਇੱਥੇ ਤੱਕ ਕਿ ਟਾਂਕੇ ਲੱਗੇ ਜ਼ਖਮ ਵੱਡਾ ਟਾਂਕੇ ਲੱਗੇ ਇੱਥੇ ਵੀ ਸ਼ੁਕਰਾਨਾ ਕਰੋ ਪੋਜ਼ਿਟਿਵ ਲੈ ਲਓ ਕਿ ਸੱਚੇ ਪਾਤਸ਼ਾਹ ਟਾਂਕੇ ਜੀ ਸਾਰ ਤਈ ਕਿਧਰੇ ਬਾਹੀ ਵੱਡੀ ਜਾਂਦੀ ਤੇ ਮੈਂ ਕਰਦਾ ਕੀ ਆਖੋ ਸਤਨਾਮ ਦ੍ਰਿਸ਼ਟੀ ਹੈ ਸਾਡੀ ਉਹ ਆਪਣੇ ਆਦਮੀ ਨੂੰ ਕਹਿਣ ਲੱਗੀ ਬੀਬੀ ਕਹਿੰਦੇ ਦੇਖੋ ਮੈਨੂੰ ਰੋਕਦੇ ਸੀ ਵੇਖੋ ਅੱਜ ਮੈਂ ਗੁਰਦੁਆਰੇ ਗਈ ਸਤਿਗੁਰੂ ਜੀ ਕੋਲ ਗਈ ਮੇਰੇ ਸਤਿਗੁਰੂ ਜੀ ਨੇ ਸਾਡੇ ਘਰ ਦੇ ਕਸ਼ਟ ਕੱਟ ਦਿੱਤੇ ਤੁਸੀਂ ਰੋਕਦੇ ਸੀ ਤੁਸੀਂ ਰੋਕਦੇ ਸੀ ਆਦਮੀ ਨੂੰ ਸਮਝ ਲੱਗ ਗਈ ਸਤ ਸੰਗਤ ਕਹਿੰਦੀ ਮੁੜ ਕੇ ਆਦਮੀ ਨੇ ਕਦੇ ਨੀ ਮੈਨੂੰ ਰੋਕਿਆ ਵੀ ਗੁਰਦੁਆਰੇ ਜਾਣ ਕਦੇ ਨੀ ਰੋਕਿਆ ਇਨ ਬਿਟਵੀਨ ਉਹ ਕਹਿੰਦੇ ਮੈਂ ਅੰਮ੍ਰਿਤ ਚੈਨਲ ਸ਼ੁਰੂ ਕਰ ਦਿੱਤਾ ਵੇਖਣਾ ਜਦੋਂ ਗੱਲ ਹੋ ਰਹੀ ਸੀ ਉਸ ਬੀਬੀ ਨੇ ਦੱਸਿਆ ਕਹਿੰਦੇ ਜਿਹੜਾ ਚੈਨਲ ਦੇ ਵਿੱਚ 10:30 ਵਜੇ ਵੀਰ ਜੀ ਦਾ ਪ੍ਰੋਗਰਾਮ ਆਉਂਦਾ ਦਾਸ ਦਾ ਨਾਂ ਲੈ ਕੇ ਉਹਨੇ ਗੱਲ ਕੀਤੀ ਕਹਿੰਦੇ ਰੋਜ਼ ਮੈਂ ਬਹਿ ਕੇ ਸੁਣਦਾ ਬਿਨਾਂ ਨਾਗ ਬੜੇ ਰਸਤੇ ਕਹਿੰਦੇ ਮੈਨੂੰ ਮਿਲਦੇ ਗਏ ਗੁਰਮਤ ਦੀਆਂ ਸੋਝੀਆਂ ਪੈਂਦੀਆਂ ਪਤਾ ਨਹੀਂ ਕਿਹੜੀ ਗੱਲ ਕਿਹਨੂੰ ਸਾਧ ਸੰਗਤ ਵੱਜ ਜਾਂਦੀ ਕਿਹੜੀ ਗੱਲ ਕਿਹਨੂੰ ਸਮਤ ਦੇ ਦਿੰਦੀ ਕਿਹੜੀ ਗੱਲ ਕਿਹਦੀ ਝੋਲੀ ਭਰ ਦਿੰਦੀ ਹੈ ਕੋਈ ਪਤਾ ਨਹੀਂ ਹੁੰਦਾ ਕਿਹੜੀ ਗੱਲ ਤੋਂ ਕਿਹਨੂੰ ਲਾਭ ਮਿਲ ਜਾਏ ਕਿਹੜੀ ਗੱਲ ਤੋਂ ਕਿਹਨੂੰ ਸੜਕ ਮਿਲ ਜਾਏ ਕੋਈ ਪਤਾ ਨਹੀਂ ਹੁੰਦਾ ਕਹਿੰਦੇ ਬੜਾ ਆਨੰਦ ਆਇਆ ਕਰੇ ਜਦੋਂ ਮੈਂ ਪ੍ਰੋਗਰਾਮ ਵੇਖਿਆ ਤੇ ਕਹਿੰਦੇ ਹਾਲੀ ਦੇ ਵਿੱਚ ਹੀ ਦਾਸ ਦਾ ਨਾਂ ਲੈ ਕੇ ਉਹਨੇ ਗੱਲ ਕੀਤੀ ਕਹਿੰਦੇ ਵੀਰ ਜੀ ਨੇ ਅੰਮ੍ਰਿਤ ਚੈਨਲ 'ਚ ਕਹਿੰਦੇ ਟੇਪ ਆਈ ਸੀ ਤੇ ਉਹਨਾਂ ਦੱਸਿਆ ਕਹਿੰਦੇ ਸਹਿਜ ਪਾਠ ਸ਼ੁਰੂ ਕੀਤੇ ਤੇ ਸੈਂਚੀਆਂ ਆਪਣੇ ਘਰ ਮੰਗਾਓ ਤੇ ਸਹਿਜ ਪਾਠ ਅਰਥਾਂ ਵਾਲਾ ਬਾਣੀ ਵਿਚਾਰ ਕੇ ਪੜੋ ਉਹਨੇ ਜਦੋਂ ਸੋਹਣੀ ਗੱਲ ਉਹ ਦੱਸ ਰਹੀ ਹੈ ਕਹਿੰਦੇ ਮੇਰੇ ਮਨ 'ਚ ਸ਼ੌਂਕ ਆਇਆ ਵੀ ਚਲੋ ਜੇ ਵੀਰ ਜੀ ਕਹਿ ਰਹੇ ਨੇ ਪਾਠ ਕਰਨਾ ਅਰਥ ਵਿਚਾਰ ਕੇ ਪੜ੍ਹਨੇ ਬਾਣੀ ਵਿਚਾਰ ਕੇ ਪੜ੍ਹਨੀ ਸਹਿਜ ਪਾਠ ਕਹਿੰਦੇ ਮੈਂ ਜੀਵਨ 'ਚ ਕਦੇ ਨਹੀਂ ਕੀਤਾ ਤੇ ਪਹਿਲਾਂ ਪਾਠ ਮੇਰਾ ਬਾਣੀ ਵਿਚਾਰ ਕੇ ਹੋਏਗਾ ਬੜਾ ਰਸ ਆਏਗਾ ਬੜਾ ਆਨੰਦ ਆਏਗਾ ਉਹ ਬੜੀ ਐਕਸਾਈਟਿਡ ਸੀ ਬੜੀ ਐਕਸਾਈਟਮੈਂਟ ਉਹਨੂੰ ਬਣੀ ਹੋਈ ਸੀ ਸਾਧ ਸੰਗਤ ਉਤਸ਼ਾਹ ਬਣਿਆ ਹੋਇਆ ਸੀ ਕਿ ਜਲਦੀ ਤੋਂ ਜਲਦੀ ਮੈਂ ਸੈਂਚੀਆਂ ਮੰਗਾਵਾਂ ਤੇ ਪਾਠ ਸ਼ੁਰੂ ਕਰਾਂ ਸੱਚ ਕਹਿ ਰਿਹਾ ਦਾਸ ਮੈਂ ਹੱਥ ਬੰਨ ਫਿਰ ਬੇਨਤੀ ਕਰਨ ਲੱਗਾ ਚੈਨਲਾਂ ਰਾਹੀਂ ਕਰਮਾਂ ਵਾਲਿਓ ਪੂਰੀ ਬਾਣੀ ਵਿਚਾਰ ਕੇ ਪੜੋ ਇੱਕ
अर्थां वाला सहज पाठ करो। मैं नहीं कुछ कहिंदा, आपे वेखना गुरु नानक दी किनिया रहमतां तुहाडे घर नचणगियां को सतनाम। वाहिगुरु सच सत श्री अकाल। आपे वेखियो, आपे महसूस करोगे, तुसी मेरी गल ते इतबार ना करो। तुसी पाठ शुरू करो, चार अंग रोज विचार के, अज भी अज तो चार अंग अगर रोज विचार के शुरू कर दोगे ना सहज पाठ, तो 12 नवंबर 2019 तक जो 550 साल धन गुरु नानक साहब महाराज सच्चे पातशाह का आगमन दिहाड़ा अगले साल आ रहा है, उदों तक तुहाडा एक सहज पाठ संपूर्ण हो जाए। हुण उस बीबी नूं बड़ा साध संगत उत्साह अपने घर वाले को लाई ते कहण लगी, कहिंदे जी मैं सहज पाठ करना ते सैंचियां मंगाणियां, मैनूं पैसे दिओ। ओह कहिंदा गुरुद्वारे तक तां ठीक सी, उहना नवां काम कहिड़ा शुरू करन लगी। कहिंदे जी इदां वीर जी ने कहा सहज पाठ करना ते बाणी पढ़नी। आदमी कहिंदा बिलकुल पैसे नहीं मिलने, बिलकुल नहीं मैं देंगा। तो बीबी कहिंदे जे तुसीं नहीं दिओगे तो की मेरे कोल नहीं हैगे। हाँ जी, वह तो पहले बीबियां ट्राई कर दी कि चलो आदमी को ले लिया जाए, होंदा सब कुछ है ना कोल बीबियां को। सत संगत वह कहिंदे ठीक है फिर मैं अपने को मंगा लैनी। थोड़ा स्टिचिंग का काम तो बीबी जी करते सन, पार्लर का छोटा मोटा काम करते सन, पैसे जुड़े होंगे। उन्हें पैसे भेजे सत संगत तो सेंचियां मंगवाने लिए बेनती करती। वो बीबी ने दसिया कहिंदे जी 1.5 महीना लग गया सेंचियां आने, और जिवें मच्छी तड़फदी उदां तड़फन वधदी जावे कि कदों सेंचियां आणगियां। कदों से रोज उडीक होंदी सी दरवाजे, रोज उडीक। मतलब देखो सत्संगत, मैं कहिंदा अगर किसी चीज दे प्रेम पा दिओ ना, किसी चीज च प्रेम पा दिओ, वो खेड खेडण दा ही मजा बड़ा आंदा है। आखो सतनाम, खेड खेडण दा मजा आंदा। वो बीबी ने प्रेम पाता उड़ीक, कहिंदे 1.5 महीने बाद मेरे घर सेंचियां आई। ते जदों सेंचियां आईयां, जदों मैं टेबल ते रखिया ते मेरियां तहां निकल गईं, रोण निकल गया मेरा। वो बीबी कहिंदी रोण निकल गया, पता है क्यों? कहिंदे मैनूं एदां महसूस हो रहा सी कि इन्हां सेंचियां दे रूप दे च मेरा गुरु नानक मेरे घर आया। को सतनाम, मेरा गुरु नानक सत श्री अकाल। इन्हां सेंचियां दे रूप च मेरा गुरु नानक मेरे घर। रोटी का स्वाद तो उदो ही है सात संगत जो भुख लगी हो। सिद्धी जी गल, 10 किस्म दियां आइटमां पईयां होण, स्वादी तो स्वादियां आइटम पईयां होण, ना भुख होवे मजा नहीं आया। मैं कहना आइटम इको ही होवे सत्संग, चीज इको ही होवे, पर भुख डाढ़ी लगी होवे ना, वो इको चीज दे नाल खा के तुसीं कहंदे स्वाद आ गया। तो सतनाम, भुख दे नाल गल बनदी है। भुख दे भुख लगी हुई सी, सेंचियां घर आईयां ते वो बीबी विराग उन्हें दसिया कहिंदे मैनूं इदां लगदा सी मेरे गुरु नानक मेरे घर आ गए, मेरे गुरु नानक। ते बिना देर कीतियां अगले दिन ही सवेरे सात संगत को बीबी गई ते जाके गुरुद्वारा साहब भाई साहब जी नूं कहा मेरा सहज पाठ शुरू कराओ। विधि दे नाल शुरू हो गया जी, देख करा के 5 पौड़ियां पढ़ के सस। ते जदों सहज पाठ रखिया गया ना, हुण सुनना, ते गल च इदां पल्ला पाया होया सी, ते पल्ले नूं फड़ लिया ते अरदास कीती हथ बन के कि हे गरीब निवाज, श्री गुरु ग्रंथ साहिब महाराज नूं कह रही बीबी, गरीब निवाज जिवें तुसीं मैनूं जोड़ दिता, आ कृपा करो, ये बख्शिश करो, मेरा सारा टब्बर भी जोड़ दिओ। आखो सतनाम, सत श्री अकाल, मेरा सारा टब्बर भी जोड़ दिओ। बीबी फॉलो अप टीम दी जिस बीबी नूं सुना रही सी, उस बीबी ने पूछया पातड़े वाली बीबी नूं
ਕਹਿੰਦੇ ਜੀ ਤੁਸੀਂ ਆਹ ਚੀਜ਼ ਮੰਗੀ ਬਈ ਮੇਰਾ ਪੂਰਾ ਟੱਬਰ ਜੋੜ ਦਿਓ, ਮੇਰਾ ਪਰਿਵਾਰ ਜੋੜ ਦਿਓ, ਬਈ ਅਸਮਤ ਕਿੱਥੋਂ ਮਿਲੀ ਤੁਹਾਨੂੰ? ਕਹਿਣ ਲੱਗੀ, ਕਹਿੰਦੇ ਵੀਰ ਜੀ ਨੇ ਇੱਕ ਵਾਰੀ ਸਾਖੀ ਲਾਈ ਸੀ ਦਾਸ ਦਾ ਨਾਂ ਲੈ ਕੇ, ਫਰੀਦਾਬਾਦ ਵਾਲੀ, ਦੋ ਭਰਾ ਸੰਦੀਪ ਸਿੰਘ ਤੇ ਮਨਦੀਪ ਸਿੰਘ, ਤੁਸੀਂ ਸੋਹਣੀ ਹੋਣੀ ਹੈ ਸਾਖੀ। ਸੰਦੀਪ ਸੀ ਛੋਟਾ, ਉਹ ਜੁੜ ਗਿਆ, ਪਹਿਲੇ ਉਹ ਜੁੜਿਆ। ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਇਹ ਗਰੀਬ ਨਿਵਾਜ ਜਿਵੇਂ ਰਾਤਾਂ ਨੂੰ ਮੈਨੂੰ ਬਿਠਾ ਕੇ ਭਗਤੀ ਕਰਵਾਉਂਦੇ ਹੋ, ਗਰੀਬ ਨਿਵਾਜ ਮੇਰੇ ਪਰਿਵਾਰ 'ਤੇ ਵੀ ਕਿਰਪਾ ਕਰੋ, ਪਰਿਵਾਰ 'ਤੇ ਵੀ ਕਿਰਪਾ ਕਰੋ ਗਰੀਬ ਨਿਵਾਜ, ਇਕੱਲਾ ਮੈਂ ਨਹੀਂ ਮੇਰਾ ਪੂਰਾ ਪਰਿਵਾਰ ਤੁਹਾਡੇ ਚਰਨਾਂ 'ਚ ਅੰਮ੍ਰਿਤ ਵੇਲੇ ਬੈਠਿਆ ਕਰੇ ਅਤੇ ਬਾਣੀ ਪੜਿਆ ਕਰੇ। ਅਤੇ ਕਹਿੰਦੇ ਜਦੋਂ ਮੈਂ ਆਹ ਗੱਲ ਸੁਣੀ, ਉਹ ਬੀਬੀ ਕਹਿੰਦੀ, ਜਦੋਂ ਮੈਂ ਆਹ ਗੱਲ ਸੁਣੀ ਤਾਂ ਮੈਨੂੰ ਵੱਜ ਗਈ, ਤੇ ਮੈਂ ਵੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਮੈਨੂੰ ਨਹੀਂ ਮੇਰੇ ਪੂਰੇ ਟੱਬਰ ਦੇ ਉੱਪਰ ਕਿਰਪਾ ਕਰੋ। ਆਖੋ ਸਤਨਾਮ। ਦਾਸ ਇੱਕ ਗੱਲ ਦੱਸਣਾ ਭੁੱਲ ਗਿਆ, ਵੱਡੇ ਬੱਚੇ ਦਾ ਤਾਂ ਇੰਸੀਡੈਂਟ ਸੁਣਾਤਾ ਸੀ। ਉਹ ਬੀਬੀ ਜੀ ਕਹਿੰਦੇ ਮੇਰਾ ਛੋਟਾ ਬੱਚਾ, ਕਹਿੰਦੇ ਉਹ ਥੋੜਾ ਜਿਹਾ ਟਰੈਕ ਤੋਂ ਹਿੱਲ ਗਿਆ ਸੀ, ਜਾਂ ਕਹਿ ਲਓ ਗਲਤ ਸੰਗਤ, ਪੜ੍ਹਾਈ ਦੇ ਵਿੱਚ ਵੀ ਥੱਲੇ ਆ ਗਿਆ, ਰੋਜ਼ ਪਿਓ ਦੇ ਨਾਲ ਕਲਾ ਕਲੇਸ਼, ਰੋਜ਼ ਪਿਓ ਦੇ ਨਾਲ ਕਲਾ ਕਲੇਸ਼। ਇੱਕ ਕਾਰਨ ਆਹ ਵੀ ਸੀ ਸਤ ਸੰਗਤ, ਜਿਹੜੀ ਹੁਣ ਮੈਂ ਗੱਲ ਦੱਸਣ ਲੱਗਾ, ਇੱਕ ਕਾਰਨ ਆਹ ਵੀ ਸੀ ਕਿ ਉਹਦੇ ਆਦਮੀ ਦਾ ਭਰੋਸਾ ਕਿਉਂ ਬਣਿਆ ਗਿਆ, ਕਿਉਂ ਗੁਰਦੁਆਰਾ ਸਾਹਿਬ ਤੇ ਗੁਰੂ ਸਾਹਿਬ ਤੇ ਭਰੋਸਾ ਬਣਿਆ ਗਿਆ। ਇੱਕ ਕਾਰਨ ਬਣਿਆ ਸੀ ਉਹ ਮੋਟਰਸਾਈਕਲ ਵਾਲਾ, ਇੱਕ ਕਾਰਨ ਆਹ ਬਣਿਆ ਸੀ ਰੋਜ਼ ਕਲੇਸ਼ ਪਿਓ ਦੇ ਨਾਲ, ਰੋਜ਼ ਕਲੇਸ਼, ਗਲਤ ਸੰਗਤ, ਪੜ੍ਹਾਈ ਵਿੱਚ ਵੀ ਥੱਲੇ ਆ ਗਏ। ਤੇ ਕਹਿੰਦੇ ਮੈਂ ਸੁਣਿਆ ਸੀ ਕਿ ਬਈ ਕੋਈ ਵੀ ਚੀਜ਼ ਪ੍ਰਾਪਤ ਕਰਨੀ ਹੈ ਤੇ ਭੇਟਾ ਰੱਖ। ਉਹ ਬੀਬੀ ਕਹਿੰਦੀ, ਇਹ ਦੇਖੋ ਹਿੰਦੂ ਬੀਬੀ ਔਰ ਸਾਰੀਆਂ ਜੁਗਤੀਆਂ ਪਤਾ, ਕਹਿੰਦੇ ਮੈਂ ਸੁਣਿਆ ਸੀ ਬਈ ਭੇਟਾ ਰੱਖ। ਤੇ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲ ਗਈ ਤੇ ਅਰਦਾਸ ਕੀਤੀ, ਗਰੀਬ ਨਿਵਾਜ 51 ਪਾਠ ਸੁਖਮਨੀ ਸਾਹਿਬ ਦੇ ਮੈਂ ਕਰਾਂਗਾ, ਸੱਚਿਆ ਪਾਤਸ਼ਾਹ ਮੇਰੇ ਬੱਚੇ ਨੂੰ ਸਮਤ ਦੇ, ਮੇਰੇ ਬੱਚੇ ਤੇ ਮਿਹਰ ਕਰ। ਇਹ ਰੋਜ਼ ਨਿਤ ਦਾ ਕਲਾ ਕਲੇਸ਼ ਘਰ ਪਿਆ ਰਹਿੰਦਾ, ਕੁਝ ਨਾ ਕੁਝ ਹੋ ਜਾਏਗਾ, ਜਾਂ ਬੱਚਿਆਂ ਨੂੰ ਯਾਦ ਨਹੀਂ। ਇਹ ਗਰੀਬ ਨਿਵਾਜ ਮੈਂ ਬਹੁਤ ਦੁਖੀ, 51 ਪਾਠ ਸੁਖਮਨੀ ਸਾਹਿਬ ਦੇ ਤੁਹਾਡੇ ਚਰਨਾਂ 'ਚ ਮੈਂ ਕਰਾਂਗੀ ਗਰੀਬ ਨਿਵਾਜ, ਇਹ ਘਰ ਦਾ ਕਲਾ ਕਲੇਸ਼ ਖਤਮ ਕਰੋ, ਬੱਚੇ ਤੇ ਕਿਰਪਾ। ਕਹਿੰਦੇ ਜਦੋਂ ਮੈਂ ਬਾਹਰ ਨਿਕਲੀ, ਮੇਰੇ ਅੰਦਰੋਂ ਆਵਾਜ਼ ਆਈ, ਜਿਤਨੀ ਜਲਦੀ ਹੋ ਸਕੇ ਇਹ ਪਾਠ ਕਰ, ਕਿਉਂਕਿ ਜਦੋਂ ਪਾਠ ਦੀ ਸਮਾਪਤੀ ਹੋਏਗੀ ਉਦੋਂ ਬਖਸ਼ਿਸ਼ ਹੋਏਗੀ। ਆਖੋ ਸਤਨਾਮ। ਕਹਿੰਦੇ ਮੇਰੇ ਅੰਦਰੋਂ ਇੱਕ ਆਵਾਜ਼ ਆਈ, ਤੇ ਕਹਿੰਦੇ ਮੈਂ ਜਦੋਂ ਅੰਦਰਲੀ ਆਵਾਜ਼ ਸੁਣੀ ਤੇ ਮੈਂ ਸਪੀਡ ਚੱਕਤੀ, ਔਰ ਕਿਧਰੇ ਮੈਂ ਜਾਣਾ ਵੀ ਸੀ, ਸਾਡਾ ਕਹਿੰਦੇ ਫੰਕਸ਼ਨ ਸਾਡੀ ਰਿਸ਼ਤੇਦਾਰੀ 'ਚ ਸੀ, ਤੇ ਮੈਂ ਉਸ ਕਰਕੇ ਵੀ ਸਪੀਡ ਚੱਕ ਲਈ। ਉਹ ਬੀਬੀ ਕਹਿੰਦੇ 17 ਦਿਨ ਦੇ ਵਿੱਚ ਮੈਂ ਸੁਖਮਨੀ ਸਾਹਿਬ ਦੇ 51 ਪਾਠ ਕੀਤੇ। ਔਰ ਸੁਣਿਓ ਸਾਸ, ਅਕੀਦੇ ਦੀ ਗੱਲ ਹੈ, ਅਕੀਦਾ। ਕਹਿੰਦੇ ਮੈਨੂੰ ਵਿਸ਼ਵਾਸ ਸੀ, ਜਿਹੜੀ ਆਵਾਜ਼ ਮੈਨੂੰ ਅੰਦਰੋਂ ਸੁਣੀ ਨਾ, ਉਹ ਮੇਰੇ ਗੁਰੂ ਦੀ ਆਵਾਜ਼ ਸੀ। ਮੈਨੂੰ ਵਿਸ਼ਵਾਸ ਸੀ ਜਿਸ ਦਿਨ ਮੈਂ ਪਾਠ ਖਤਮ ਕਰਾਂਗੀ, ਜਾਂ ਉਸ ਦਿਨ ਜਾਂ ਉਸ ਤੋਂ ਅਗਲੇ ਦਿਨ ਕੋਈ ਨਾ ਕੋਈ ਗੱਲ ਜ਼ਰੂਰ ਵਰਤੇਗੀ। ਸੁਣਨਾ, ਕਹਿੰਦੇ ਅੱਜ ਕਹਿੰਦੇ ਮੇਰੇ ਸਮਾਪਤੀ ਹੋਈ ਪਾਠਾਂ ਦੀ 97ਵੇਂ ਦਿਨ, ਤੇ ਅਗਲੇ ਦਿਨ ਹੀ ਸਾਧ ਸੰਗਤ ਕਹਿੰਦੇ ਮੇਰੇ ਭਰਾ ਦਾ ਫੋਨ ਆ ਗਿਆ, ਭਰਾ ਦਾ ਫੋਨ ਆ ਗਿਆ। ਤੇ ਉਹ ਮੁੰਡੇ ਦਾ ਨਾਮ ਲੈ ਕੇ ਕਹਿਣ ਲੱਗੇ, ਕਹਿੰਦੇ ਬੱਚਾ ਕਰਦਾ ਕੀ ਪਿਆ? ਬੀਬੀ ਜੀ ਦਾ ਭਰਾ ਆਪਣੇ ਭਾਂਜੇ ਬਾਰੇ ਪੁੱਛ ਰਿਹਾ, ਕਹਿੰਦੇ ਬੱਚਾ ਕਰਦਾ ਕੀ ਪਿਆ? ਇਹਨੇ ਦੱਸਿਆ, ਕਹਿੰਦੇ ਭਰਾਵਾ ਕੀ ਕਰਦਾ, ਘਰ 'ਚ ਕਲੇਸ਼ ਪਿਆ ਹੋਇਆ, ਹੋਰ ਇੱਧਰ ਉੱਧਰ ਦੀ ਸੰਗਤ ਹੈ, ਇੱਦਾਂ ਚਲੋ ਜੋ ਬੋਲਣਾ। ਉਹ ਕਹਿੰਦੇ ਇੱਦਾਂ ਕਰ, ਇਹ ਮੁੰਡੇ ਨੂੰ ਮੇਰੇ ਕੋਲ ਭੇਜ। ਉਹ ਬੀਬੀ ਨੇ ਦੱਸਿਆ, ਕਹਿੰਦੇ ਭਰਾ ਨੂੰ ਪਹਿਲੇ ਵੀ ਉਹਦੇ ਬਾਰੇ ਪਤਾ ਸੀ, ਪਹਿਲੇ ਕਿਉਂ ਨਹੀਂ ਕਦਮ ਚੱਕਿਆ, ਹੁਣ ਕਦਮ ਚੱਕ ਰਿਹਾ? ਕਾਰਨ, ਕਿਉਂਕਿ ਕਿਤੋਂ ਨਾ ਕਿਤੋਂ ਉਹਨੂੰ ਇਸ਼ਾਰਾ ਹੋਇਆ ਹੋਣਾ। ਆਖੋ ਸਤਨਾਮ। ਹੁਣ ਆਪੇ ਸਮਝ ਜਾਇਓ। ਕਹਿੰਦੇ ਇਹਨੂੰ ਇੱਥੇ ਭੇਜ, ਮੈਂ ਆਪਣੇ ਕੋਲ ਰੱਖ ਕੇ ਮੈਂ ਇਹਨੂੰ ਪੜ੍ਹਾਉਣਾ, ਤੇ ਦੇਖਦਾ ਕਿਵੇਂ ਨਹੀਂ ਤੁਰਦਾ। ਕਹਿੰਦੇ ਮੈਂ ਆਪਣੇ ਘਰ ਵਾਲੇ ਨਾਲ ਗੱਲ ਕੀਤੀ, ਚਲੋ ਔਖੇ ਸੌਖੇ ਮੰਨ ਗਿਆ। ਕਹਿੰਦੇ ਬੀਬੀ ਕਹਿਣ ਲੱਗੀ, ਸਾਰਾ ਖਰਚਾ ਅਸੀਂ ਹੀ ਦੇਵਾਂਗੇ, ਪਰ ਰਵੇ ਉੱਥੇ, ਘਰੋਂ ਦੂਰ ਰਹੇਗਾ, ਹੋ ਸਕਦਾ ਸ਼ਾਇਦ
बदला जे ते कहते ऐसी कृपा होई ऐसी बख्शिश सत्संग प्लस टू दे पेपर दिते ते 80% तो उपर उस बच्चे ने सत्संग मार्क्स ले 80% तो ऐसी कृपा हुई उथे गुरु वरत रहे सन आज्ञाकारी भी बन गया और ऐसी कृपा हुई सिखी दा जसबा भी अंदर आना शुरू हो गया को सतना और रब जाने किवें घर आया ओही घर च कलेश रहिंदा सी हुण घर च प्रेम खेड़ा भेटा देती ना भेटा दे के सात संगत शांति ले ली घर च आखो सतना भेटा दे के मुल दे के सतगुरु जी नूं ते बख्शिश सतगुरु जी दी ले ली असी एवें खाली बस रोला पांदे रहिंदे आ सतगुरु कृपा करो कृपा ओ कुछ करिए जदों इहदे आदमी ने वेख्या कि बई इह वी इक करिश्मा ही है इह वी करिश्मा ते सात संगत बदलण दा इह वी इक वड्डा कारण सी ओ छोटा मुंडा इन्ना सिक्खी च सात संगत इन्ना प्यार ते कहिंदा अपनी माता नूं उहने बोलिया छोटे मुंडे ने ओ कहिंदा माता तुसी मेरे तक केस कतल कराते है हिंदू ही ने नैचुरली है हिंदुइज़म दे विच सात संगत हुण केस कतल ही ने जिद्दां दा सिस्टम है इह तां सानू बैन है सानू आग्या नहीं सात संगत की आपां केसां नूं हथ लाईए ਉਹ ਕਹਿਣ ਲੱਗਾ ਕਹਿੰਦੇ ਤੁਸੀਂ ਮੇਰੇ ਤਾਂ ਕੇਸ ਕਤਲ ਕਰਾਤੇ ਕਹਿੰਦੇ ਮਾਤਾ ਮੇਰੇ ਤੇ ਭਾਵੇਂ ਤੁਹਾਡਾ ਹੱਕ ਚੱਲਦਾ ਹੋਵੇ ਕਹਿੰਦੇ ਪਰ ਜਦੋਂ ਮੇਰੇ ਨਿਆਣੇ ਹੋਣਗੇ ਕਹਿੰਦੇ ਮੈਂ ਨਹੀਂ ਕੇਸ ਕਤਲ ਕਰਾਣੇ ਕਹਿੰਦੇ ਮੈਂ ਕੇਸਾ ਧਾਰੀ ਬਣਾਉਣਾ ਉਹਨਾਂ ਨੂੰ ਆਖੋ ਸਤਨਾਮ ਕਹਿੰਦੇ ਸਤਿ ਸ੍ਰੀ ਅਕਾਲ ਕਹਿੰਦੇ ਮੈਂ ਬਾਜਾਂ ਵਾਲੇ ਦੀ ਸਿੱਖੀ 'ਚ ਆਪਣੇ ਬੱਚਿਆਂ ਨੂੰ ਲਿਆਵਾਂ ਸਿੱਖ ਬਣਾਵਾਂ ਉਹ ਬੱਚਾ ਜਿਹੜਾ ਪਲੱਸ ਟੂ ਦੇ ਪੇਪਰ ਦੇ ਕੇ ਹਟਿਆ ਉਹਦੇ ਅੰਦਰ ਸਿੱਖੀ ਦਾ ਜਸਮ ਕੀਤੀ ਸੀ ਨਾ ਬੇਨਤੀ ਮਹਾਰਾਜ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਮੇਰੇ ਪਰਿਵਾਰ ਦਾ ਵੀ ਉਧਾਰ ਕਰ ਜੇ ਮੇਰੇ ਤੇ ਕਿਰਪਾ ਕੀਤੀ ਆ ਮੇਰੇ ਪਰਿਵਾਰ ਤੇ ਵੀ ਕਿਰਪਾ ਕਰ ਉੱਥੇ ਹੀ ਆ ਜਾਓ ਸਹਿਜ ਪਾਠ ਰੱਖ ਕੇ ਅਰਦਾਸ ਕਰਕੇ ਪੂਰੇ ਪਰਿਵਾਰ ਦੀ ਘਰ ਆ ਗਈ ਹੁਣ ਸੁਣਨਾ ਸਤ ਸੰਗਤ ਬੀਬੀ ਦੱਸਦੀ ਕਹਿੰਦੇ 10 ਤੋਂ 15 ਦਿਨ ਲੰਘੇ 10 ਤੋਂ 15 ਦਿਨ ਸਹਿਜ ਪਾਠ ਕਰਦਿਆਂ ਨੂੰ ਤੇ ਕਹਿੰਦੇ ਆਦਮੀ ਨੂੰ ਪੱਥਰੀ ਦਾ ਦਰਦ ਛੜਿਆ ਔਰ ਪੱਥਰੀ ਦਾ ਦਰਦ ਸਾਧ ਸੰਗਤ ਹੁੰਦਾ ਵੀ ਡਾਢਾ ਡਾਢਾ ਅਲਟਰਾਸਾਊਂਡ ਕਰਾਇਆ ਗਿਆ ਤੇ 10 mm ਦੀ ਪੱਥਰੀ ਸੀ ਚੰਗੀ ਵੱਡੀ ਹੁੰਦੀ ਹੈ 10 mm ਦੀ ਪੱਥਰੀ 10 mm ਦੀ ਪੱਥਰੀ ਉਦਾਂ ਇਹ ਰੋਗ ਪੱਥਰੀ ਦਾ 2-3 ਸਾਲਾਂ ਤੋਂ ਸੀ ਕਦੇ ਦਰਦ ਹੋ ਜਾਂਦਾ ਸੀ ਕਦੇ ਠੀਕ ਕਦੇ ਹੋ ਜਾਂਦਾ ਕਦੇ ਠੀਕ ਹੁਣ ਇਹ 15 ਦਿਨ 'ਚ 4-5 ਵਾਰੀ ਲਗਾਤਾਰ ਸਤਸੰਗ ਡਾਢਾ ਦਰਦ ਹੋਇਆ ਤੇ ਜਦੋਂ 15 ਦਿਨ ਬਾਅਦ ਸਹਿਜ ਪਾਠ ਤੋਂ 15 ਦਿਨ ਬਾਅਦ 15-16 ਦਿਨ ਅੱਤ ਦਾ ਦਰਦ ਅੱਤ ਜਦੋਂ ਫਿਰ ਡਾਕਟਰ ਸਾਹਿਬ ਕੋਲ ਗਏ ਉਹਨਾਂ ਦੇ ਹਸਬੈਂਡ ਜਦੋਂ ਡਾਕਟਰ ਸਾਹਿਬ ਕੋਲ ਗਏ ਡਾਕਟਰ ਨੇ ਅਲਟਰਾਸਾਊਂਡ ਕੀਤਾ ਤੇ ਸਾਧ ਸੰਗਤ ਸਾਰਾ ਚੈੱਕ ਕਰਕੇ ਨਾ ਉਹਨੇ ਦੱਸਿਆ ਕਹਿੰਦੇ ਭਾਈ ਸਾਹਿਬ ਇਹ 10 mm ਦੀ ਪੱਥਰੀ ਤੁਹਾਡੀ ਯੂਰਨਲ ਪਾਈਪ ਦੇ ਵਿੱਚ ਫਸ ਚੁੱਕੀ ਆ ਆਖੋ ਸਤਨਾਮ ਪਿਸ਼ਾਬ ਵਾਲੀ ਨਲੀ 'ਚ ਔਰ ਇਹਦਾ ਦਰਦ ਵਾਹਿਗੁਰੂ ਦੁਸ਼ਮਣ ਨੂੰ ਵੀ ਨਾ ਡਾਢਾ ਕੰਮ ਸੀ ਔਰ ਉਹ ਤੜਫਦਾ ਸੀ ਉਹ ਕਹਿੰਦਾ ਵੀ ਕਿਸੇ ਵੇਲੇ ਡਾਕਟਰ ਕਹਿੰਦਾ ਕਿਸੇ ਵੇਲੇ ਵੀ ਇਹ ਪਾਈਪ ਫਟ ਸਕਦੀ ਹੈ ਤੇ ਅੰਦਰ ਪੋਇਜ਼ਨ ਫੈਲੇਗਾ ਫਿਰ ਕੁਝ ਵੀ ਹੋ ਸਕਦਾ ਫਿਰ ਕੀ ਕਰੀਏ ਡਾਕਟਰ ਸਾਹਿਬ ਇਮੀਡੀਏਟ ਆਪਰੇਸ਼ਨ ਕਰਨਾ ਪਏਗਾ ਹੁਣੇ ਐਡਮਿਟ ਹੋਵੋ ਇਹਨੇ ਆਪਣੀ ਘਰਵਾਲੀ ਨੂੰ ਫੋਨ ਕੀਤਾ ਹੁਣ ਬੰਦਾ ਦੇਖੋ ਇੱਕ ਆਪਰੇਸ਼ਨ ਤੇ ਇੱਕ ਐਕਸੀਡੈਂਟ ਇਹ ਦੋ ਨਾਮ ਐਸੇ ਖਤਰਨਾਕ ਨੇ ਭਾਵੇਂ ਆਪਰੇਸ਼ਨ ਛੋਟਾ ਹੋਣਾ ਹੋਵੇ ਭਾਵੇਂ ਐਕਸੀਡੈਂਟ ਛੋਟਾ ਹੋਇਆ ਹੋਵੇ ਬੰਦਾ ਖਾਲੀ ਇੰਨੀ ਗੱਲ ਬੋਲੇ ਨਾ ਆਪਰੇਸ਼ਨ ਜਾਂ ਐਕਸੀਡੈਂਟ ਦੂਸਰਾ ਹਿੱਲ ਜਾਂਦਾ ਤੇ ਇਹਨੇ ਸਾਧ ਸੰਗਤ ਫੋਨ ਕੀਤਾ ਆਪਣੀ ਘਰਵਾਲੀ ਨੂੰ ਬੀਬੀ ਜੀ ਨੂੰ ਕਹਿੰਦੇ ਭਾਈ ਇੱਧਰ ਤਾਂ ਕੰਮ ਹੀ ਖਰਾਬ ਹੋਇਆ ਪਿਆ ਕਹਿੰਦੇ ਕੀ ਹੋਇਆ ਯੂਰਨਲ ਪਾਈਪ 'ਚ 10 mm ਦੀ ਪੱਥਰੀ ਮੇਰੀ ਫਸੀ ਫਿਰ
ਡਾਕਟਰ ਕਹਿੰਦੇ ਆਪਰੇਸ਼ਨ ਕਰਨਾ ਪੈਣਾ ਜਲਦੀ ਹੁਣੀ ਤੇ ਇਦਾਂ ਕਰੋ ਤੁਸੀਂ ਘਰੋਂ ਪੈਸੇ ਚੁੱਕ ਕੇ ਲਿਆਓ ਤਕਰੀਬਨ 25,000 ਦਾ ਖਰਚਾ ਦੱਸਿਆ ਸੀ ਪੈਸੇ ਚੁੱਕ ਕੇ ਲਿਆਓ ਉਹਨੇ ਫੋਨ ਇਸ ਕਰਕੇ ਕੀਤਾ ਸੀ ਕਿ ਪੈਸੇ ਲਿਆਓ ਮੈਂ ਐਡਮਿਟ ਹੋ ਜਾਵਾਂ ਤੇ ਆਪਾਂ ਕੱਲ ਆਪਰੇਸ਼ਨ ਕਰਾ ਲਾਂਗੇ ਉਹ ਬੀਬੀ ਕਹਿੰਦੀ ਹੈ ਸਾਈਂ ਜੀ ਮੇਰੀ ਗੱਲ ਮੰਨੋਗੇ ਕਹਿੰਦੇ ਦੱਸ ਕਹਿੰਦਾ ਤੁਸੀਂ ਵਾਪਸ ਆ ਜਾਓ ਆਪਾਂ ਨਹੀਂ ਆਪਰੇਸ਼ਨ ਕਰਾਉਣਾ ਉਹਨੇ ਚਲੋ ਥੋੜਾ ਬੋਲ ਕਬੋਲ ਹੀ ਬੋਲੇ ਹੋਣੇ ਕਮਾਲ ਮੈਂ ਇੱਥੇ ਦਰਦ ਨਾਲ ਤੜਫਦਾ ਪਿਆ 10 mm ਦੀ ਪੱਥਰੀ ਯੂਰਨਲ ਪਾਈਪ ਦੇ ਵਿੱਚ ਤੇ ਤੂੰ ਕਿ ਨਹੀਂ ਵਾਪਸ ਆ ਜਾ ਡਾਕਟਰ ਕਹਿੰਦਾ ਐਮਰਜੈਂਸੀ ਕਹਿੰਦੇ ਸਾਈਂ ਜੀ ਤੁਸੀਂ ਵਾਪਸ ਆ ਜਾਓ ਘਰ ਆਓ ਫਿਰ ਤੁਹਾਨੂੰ ਦੱਸਦੀ ਕਹਿੰਦਾ ਮੈਂ ਘਰ ਆ ਗਿਆ ਹੁਣ ਉਹ ਆਦਮੀ ਜਦੋਂ ਘਰ ਆਇਆ ਸਤਸੰਗ ਕਹਿੰਦੇ ਦੱਸੋ ਬੀਬੀ ਨੇ ਕਿਹਾ ਕਹਿੰਦੇ ਇਹ ਰੋਗ ਤੁਹਾਨੂੰ 2-3 ਸਾਲਾਂ ਤੋਂ ਠੀਕ ਹੈ 15-20 ਦਿਨ ਤੋਂ ਜ਼ਿਆਦਾ ਇਹ ਤੰਗ ਕਰ ਰਿਹਾ ਕਹਿੰਦੇ 2-3 ਸਾਲ ਤੁਸੀਂ ਜੂਝੇ ਨਾ ਮੈਨੂੰ ਖਾਲੀ 6-7 ਦਿਨ ਦੇ ਦਿਓ ਬਸ ਇੱਕ ਹਫ਼ਤਾ ਮੈਨੂੰ ਇੱਕ ਹਫ਼ਤਾ ਦੇ ਦਿਓ ਉਹ ਕਹਿੰਦਾ ਬੀਬੀ ਕਮਾਲ ਕਰਦੀ ਬਈ ਐਸੀ ਥਾਂ ਤੇ ਫਸਿਆ ਪਿਆ ਉਹ ਪੱਥਰ ਉਹ ਸਟੋਨ ਨਿਕਲਣ ਦੇ ਕੋਈ ਆਸਾਰ ਨਹੀਂ ਆਪਰੇਸ਼ਨ ਦੇ ਨਾਲ ਹੀ ਡਾਕਟਰ ਕਹਿੰਦਾ ਨਿਕਲੇਗਾ ਇਹਦਾ ਹੱਲ ਇਹੀ ਹੈ ਤੇ ਤੂੰ 7 ਦਿਨਾਂ 'ਚ ਕੀ ਕਰੇਂਗੀ ਕਹਿੰਦੇ ਮੇਰੀ ਅਰਜ਼ ਹੈ ਤੁਹਾਡੇ ਚਰਨਾਂ 'ਚ ਦੇਖੋ ਮੇਰੀ ਸ਼ਰਧਾ ਬਣੀ ਮੇਰੀ ਸ਼ਰਧਾ ਦੇ ਉੱਪਰ ਕਟਾਕਸ਼ ਨਾ ਕਰਨਾ ਮੇਰੀ ਸ਼ਰਧਾ ਤੇ ਕਟਾਕਸ਼ ਨਾ ਕਰਨਾ ਮੈਨੂੰ ਯਕੀਨ ਹੈ ਮੇਰੇ ਗੁਰੂ ਨਾਨਕ ਸਾਹਿਬ ਵਰਤਣਗੇ ਆਖੋ ਸਤਨਾਮ ਜੋ ਸ਼ਰਧਾ ਕਰ ਸੇਵਦੇ ਗੁਰ ਸਾਡੀ ਸ਼ਰਧਾ ਚ ਕਮੀ ਹੈ ਉਹ ਤਾਂ ਪਾਰ ਲੰਘਾਉਣ ਲਈ ਸਾਡੇ ਤੋਂ ਜ਼ਿਆਦਾ ਤਾਵਲਾ ਹੈ ਮੇਰੇ ਗੁਰੂ ਸਾਨੂੰ ਪਾਰ ਲੰਘਾਉਣ ਲਈ ਸਾਡੇ ਤੋਂ ਜ਼ਿਆਦਾ ਉਤਾਵਲੇ ਨੇ ਪਰ ਸਾਈ ਕਹਿੰਦੇ ਨੇ ਸ਼ਰਧਾ ਚ ਸਾਡੇ ਕੰਮ ਕਰਨ ਲਈ ਸਤਿਗੁਰ ਜੀ ਸਾਡੇ ਤੋਂ ਜ਼ਿਆਦਾ ਉਤਾਵਲੇ ਨੇ ਸਾਡੇ ਕੰਮ ਕਰਨ ਲਈ ਪਰ ਸਤਿਗੁਰ ਕਹਿੰਦੇ ਸ਼ਰਧਾ ਚ ਏਦਾਂ ਬੇਸ਼ਰਧਾ ਨਹੀਂ ਸ਼ਰਧਾ ਚ ਉਹ ਕਹਿੰਦੀ ਬਸ 7 ਦਿਨ ਮਿਲਦੇ ਔਰ ਮੇਰੀ ਸ਼ਰਧਾ ਚ ਕਟਾਕਸ਼ ਨਾ ਕਰ ਤੇ ਤੀਜੀ ਗੱਲ ਬੋਲੀ ਕਹਿੰਦੇ ਜਿੱਦਾਂ ਮੈਂ ਕਹਿੰਦੀ ਹਾਂ ਜਿੱਦਾਂ ਮੈਂ ਕਹਿੰਦੀ ਹਾਂ ਕਹਿੰਦੇ ਹੱਥ ਬੰਨ ਕੇ ਬੇਨਤੀ ਹੈ ਨਾ ਨਾ ਕਰਿਓ ਨਾ ਨਾ ਕਰ ਜਿੱਦਾਂ ਮੈਂ ਕਹਿੰਦੀ ਹਾਂ ਬਸ ਤੁਸੀਂ ਉਦਾਂ ਕਰਦੇ ਜਾਓ ਕਹਿੰਦੇ ਬਾਕੀ ਦੇਖੋ ਸਤਿਗੁਰ ਜੀ ਕੀ ਲੀਲਾ ਵਰਤਾਂਦੇ ਆਦਮੀ ਨੇ ਜਦੋਂ ਦੇਖਿਆ ਬਈ ਇੰਨਾ ਅਕੀਦਾ ਇੰਨਾ ਭਰੋਸਾ ਨਾ ਕਹਿਣ ਦੀ ਹਿੰਮਤ ਹੀ ਨਹੀਂ ਹੋਈ ਉਹਦੀ ਕਹਿੰਦੇ ਜਿਵੇਂ ਤੇਰੀ ਮਰਜ਼ੀ ਕਹਿੰਦੇ ਫਿਰ ਸਭ ਤੋਂ ਪਹਿਲਾ ਕੰਮ ਹੈ ਆ ਰਾਤੀ ਹੁਣ ਸੋਵਾਂਗੇ ਤੇ ਅੰਮ੍ਰਿਤ ਵੇਲੇ ਮੇਰੇ ਨਾਲ ਤੁਸੀਂ ਉੱਠੋਗੇ ਆਖੋ ਸਤਨਾਮ ਮੇਰੇ ਨਾਲ ਕਹਿੰਦੇ ਅੱਛਾ ਫਿਰ ਕੀ ਕਰਾਂਗੇ ਕਹਿੰਦੇ ਇਸ਼ਨਾਨ ਕਰਕੇ ਮੇਰੇ ਨਾਲ ਬਾਣੀ ਪੜੋਗੇ ਕਹਿੰਦੇ ਫਿਰ ਕਹਿੰਦੇ ਮੇਰੇ ਨਾਲ ਗੁਰਦੁਆਰੇ ਵੀ ਜਾਓਗੇ ਆਖੋ ਸਤਨਾਮ ਨਾ ਕਦੇ ਜੀਵਨ 'ਚ ਉਹ ਉੱਠਿਆ ਨਾ ਜੀਵਨ 'ਚ ਕਦੇ ਉਹਨੇ ਬਾਣੀ ਪੜੀ ਤੇ ਨਾ ਜੀਵਨ ਦੇ ਸਾਧ ਸੰਗਤ ਉਹ ਕਦੇ ਗੁਰਦੁਆਰੇ ਗਿਆ ਸੀ ਇਹ ਤਿੰਨੋਂ ਚੀਜ਼ਾਂ ਨਾ ਬੋਲਣ ਵਾਲੀਆਂ ਪਰ ਉਹਦੇ ਕੋਲ ਨਾ ਬੋਲਿਆ ਹੀ ਨਹੀਂ ਗਿਆ ਕਹਿੰਦਾ ਚੱਲ ਜਿਵੇਂ ਤੇਰੀ ਮਰਜ਼ੀ ਜਿਵੇਂ ਤੈਨੂੰ ਚੰਗਾ ਲੱਗਦਾ ਸੁਣਨਾ ਧਿਆਨ ਦੇਣਾ ਸਾਧ ਸੰਗਤ ਜਦੋਂ ਸਵੇਰ ਹੋਈ ਉਹ ਬੀਬੀ ਕਹਿੰਦੇ ਮੈਂ ਆਪਣੇ ਆਦਮੀ ਨੂੰ ਉਠਾਇਆ ਉੱਠਿਆ ਇਸ਼ਨਾਨ ਕੀਤਾ ਬਾਣੀ ਪੜੀ ਜਦੋਂ ਬਾਣੀ ਪੜ ਰਿਹਾ ਸੀ ਨਾ ਹੌਲੀ ਹੌਲੀ ਕਹਿੰਦਾ ਮੇਰਾ ਰੌਣ ਨਿਕਲ ਗਿਆ ਬੀਬੀ ਕਹਿੰਦੀ ਇਹ ਗਰੀਬ ਨਿਵਾਜ ਜਿਸ ਦਿਨ ਨੂੰ ਮੈਂ ਲੋਚਦੀ ਸੀ ਅੱਜ ਉਹ ਦਿਨ ਆ ਗਿਆ ਆਖੋ ਸਤਨਾਮ ਕਈ ਵਾਰੀ ਨਾ ਸਤਿਗੁਰ ਜੀ ਦੁੱਖ ਦੇ ਕੇ ਘਰ 'ਚ ਭਗਤੀ ਭੇਜਦੇ ਨੇ ਦੁੱਖ ਦੇ ਕੇ ਭਗਤੀ ਭੇਜਦੇ ਜੇ ਸੁੱਖ ਵੇਲੇ ਬੰਦਾ ਬੰਦਗੀ ਕਰ ਲਵੇ ਫਿਰ ਸਾਧ ਸੰਗਤ ਦੁੱਖ ਨਹੀਂ ਆਉਂਦੇ ਪਰ ਜੇ ਸੁੱਖ ਵੇਲੇ ਅਵੇਸਲਾ ਬਣ ਜਾਵੇ ਅਕਿਰਤ ਘਾਣਾ ਬਣ ਜਾਵੇ ਅਹਿਸਾਨ ਫਰਾਮੋਸ਼ ਬਣ ਜਾਵੇ ਫਿਰ ਸਤਿਗੁਰ ਜੀ ਉਹਨੂੰ ਨਾਮ ਚੇਤੇ ਕਰਾਉਣ ਵਾਸਤੇ ਫਿਰ ਕੁਝ ਤਾਂ ਕਰਨਗੇ ਨਾ ਫਿਰ ਕੁਝ ਤਾਂ ਕਰਨਗੇ ਫਿਰ ਉਹ ਦੁੱਖ ਭੇਜਦੇ ਨੇ ਕਿ ਤੇਰੇ ਘਰ ਨਿਤਨੇਮ ਸ਼ੁਰੂ ਹੋਵੇ ਕਿਸੇ ਤਰੀਕੇ ਦੇ ਜੇ ਸੁੱਖ ਵੇਲੇ ਕਰ ਲੈਂਦਾ ਤਾਂ ਠੀਕ ਨਹੀਂ ਤਾਂ ਹੁਣ ਦੁੱਖ ਭੇਜ ਰਹੇ ਨੇ ਚੱਲ ਕਰ ਸ਼ੁਰੂ
पर कई ऐसे साध संगत मूर्ख इंसान होंगे कि दुख आंदा सुख वेले तो की नहीं बंदगी, हुण दुख आया सी इस करके कि तू नितनेम वधा, जो दुख आंदा तो होर रब तो बागी हो जाते। रब ने मेरे लिए की किया, रब ने मेरे मैं ऐदा मैं ओदा मैनू रब ने आ करता वह होर टुट जाती, होर टुट जाती। शायद ये दुख इस करके आया सी कि जोड़ना सी। बीबी वैराग दे विच सचिया पातशाह शुक्र तेरा, अज मेरा साईं भी मेरे नाल अमृत वेले जा गया। चलो साईं हुण बाणी पढ़ ली, हुण चलिए किथे गुरुद्वारे सतगुरु जी दी गोदी च बैठा गया को सतनाम। गुरु द्वारे होए सोजी पाए सी, एत द्वारे धोए अच्छा होए सी। चलो साईं जी गुरु द्वारे चलिए, उत्थों अच्छे होके आओगे तुसी, उत्थों तुसी राजी होके आओगे। आखो सतनाम, एत द्वारे धोए अच्छा होए सी। तुर पे जी गुरुद्वारे। अज जदों ये दोनों जो आके बैठे ने सत्संग, बीबी कीर्तन च जुड़ गई, ये प्यारे नूं भी बड़ा आनंद आया, उन्होंने हसबेंड नूं बहुत आनंद आया। होएगा दयाल तां देगा बुलाए, कई बार गल इदां भी हो जाती है, हुण देना सी रस ते बुला के दिता, दर्द उठाया ते बुला के रस दिता। इन्ना रस आया उस गुरमुख नूं, इन्ना रस आया सत्संग जो उठा ना, तो उठद सर पता की कहता, कहता बीबी मेरा भी सहज पाठ शुरू करा दे। आखो सतना जे चाहो तो पुछ लियो, पुछ लियो सात संगत। वो बीबी हैरान, एक नजर वेखे आदमी वाल, एक नजर देखे श्री गुरु ग्रंथ साहब महाराज जी वाल। तुसी की कह रहे हो, तुसी कह रहे हो? कहने हां बीबी, बाणी सुन के इना रस आया, अंदरले नूं ठंड पैंदी थी, ते जदों पढ़ांगा तां किन्ना रस आएगा। बई मेरे ते एहसान कर, मेरा भी सहज पाठ शुरू करा दे। तो बीबी ने दसिया सात संगत, सोमवार का दिन सी, मंडे, मंडे का दिन, मंडे सहज पाठ रखा गया। वो गुरमुख प्यारे का भी घर आ गए। फ्राइडे का दिन सी, मंगलवार लंघिया, बुध लंघिया, वीर लंघिया, आ गया शुक्र, शुक्रवार का दिन। हू बहू मैं उही दसांगा जो वो बीबी जी ने दसिया। कहिंदे शुक्रवार का दिन सी, ते मेरे आदमी कहिंदे मेरा हसबेंड 2 बजे दे उठ के बैठे हुए ने, ते कुरला रहे ने दर्द दे नाल। आखो सतनाम, कुरला रहे। ते कहिंदे कुदरती मेरी जाग खुली 2 बजे, बीबी कहिंदी, ते मैं वेख्या भई ये बैठे हुए ने, गल की पुछा भई की गल हुई? कहिंदे दर्द बर्दाश्त नहीं हो रहा, बहुत ज्यादा दर्द है भई, इदां लगदा जिवें पाइप फट जाएगी। कहिंदे बीबी चल मैनूं डाक्टर कोल हुणे ही लै जा, हुणे ही डाक्टर कोल आपां चलीए, मेरे को बिल्कुल बर्दाश्त नहीं हो सकता। हुण सात संगत सुभावक सी, बीबी डर गई, भई ये की बन गया? कहिंदे तुसीं घबराओ, रुको। अमृतसर साहब का जल पिया सी जी, श्री हरिमंदर साहब का जल, वो जल लिया, छाप कीता, अरदास कीती, सतगुरु जी मेरी लाज रखियो, तुहाडे भरोसे ते मैं जान नहीं दिता, इन्हां नूं ऑपरेशन नहीं कराण दिता, मेरी पत्त ढक्यो, मेरी लाज रखियो। यह ना होवे कि सारी जिंदगी दी तोहमत लग जाए मेरे मत्थे, सारियां रिश्तेदारियां मेरे सिर ते पै जाण। तोहमत लाण लई गरीब निवाज इदां वैराग दे च बीबी रो रही है, ते नाल बेनतियां कर रही, ते जल तैयार हो। मैं कई बारी अर्ज करदा जे मनो ते श्री हरिमंदर साहब का जल 100 रोगों की दवाई है, और जे ना मनो ते पानी है सस।
ना मनो तो पर जे मन लो तो सौ रोगों की दवाई है वो जल हरिमंदर साहब का जल। जिथे चौबी घंटे बाणी का प्रवाह जिथे चौबी घंटे कण कण अमृत है अमृतसर साहब का कण कण अमृत है कण कण अमृत है श्री हरिमंदर साहब का कण कण उस जगह च कोई शह अमृत रूपी शह है शह ऐदा जल तैयार की आदमी नु क्या कहिंदे घुट घुट करके पी लो धन गुरु नानक कहते देखो अशरदक ना बढ़ शरदा रखना मेरी बेनती शरदा दे नाल तुसी जल बस आ समझ लो ये मैं तुहानू दवाई दे रही हाँ आखो सतनाम आ समझ लो मैं तुहानू गुरु नानक दे घरों दवाई दे रही दवाई समझ के जल नू पी उन्हें भी विरसा सगर भावना विखाई उन्हें भी श्रद्धा विखाई प्रेम विखाया ऐदा रख के धन गुरु नानक कहिंदा होया एक एक कुट करके एक एक कुट करके पी दस मिनट बाद होर दर्द तेज हो गया दस मिनट दर्द होर तेज कहते बीबी बस गया मैं कहते अज लगता मेरा खीरला दिन तेरी श्रद्धा नमस्कार है पर लगता मेरा खीर ला दें वो कहते तुसी इदा ना कहते मैं फटाफट तैयार हो गई आप चलते हैं डॉक्टर को जिमें गुरु नानक की मौत चलते हैं डॉक्टर कहते हाले मैं कपड़े पाती पई सी बाहरों वो गुरमुख प्यारे ने कहा कहते मैं बहुत जोर दी बाथरूम आया पेशाब आया कहते मैं उन्होंने बेनती लाई कि वॉशरूम से ना जाना बाहर जाके करना कोई जगह होनी बाहर जाके करना तुसी वॉशरूम चलना तुसी बाहर जाके कहते सत कहते जदों वो बाहर गया बाथरूम करन लगा है रसना ते धन गुरु नानक धन गुरु नानक धन गुरु बाथरूम करन लगा सात संगत कड़क करदा सात संगत वो जिहड़ा पत्थर सी अंदर बाहर आ गया को सतना सुनो बारों आवाजा मारे भागवान जल्दी आ जल्दी आ कहने मैं भजी आई पता नहीं की हो गया की होया वो जिहड़ा पत्थर 10 mm का जिहड़ा अंदरों निकलिया सी इदां चुकदा कहते आ देख कहने ये की है कहते मैं पेशाब करता सी पेशाब दे विच्चों ये पत्थर बाहर निकल गया ते कहते हुण मैं बिल्कुल हौला हो गया कोई दर्द नहीं कोई तकलीफ नहीं इदा लगता जिम्मे मैं दर्द सी नहीं वो बीबी ने पत्थर रखिया हाथ कहते थड़ा सी मैं थड़े च बह गया उची उची रोना शुरू कि गरीब निवाज तुसी महान एडी कृपा एडी बख्शिश मेरे गुरु ने रहमत करती इदा बोले मेरे गुरु ने रहमत कर मेरे गुरु ने रहमत आदमी कह लगा भगवान ने दर्द तो बिल्कुल नहीं है हूं जिमें लगता सी नाड़ी फट जाएगी हुणे ही मेरी मौत हो जाएगी कहते बिल्कुल कोई दर्द नहीं सवेरे उठ के एक बारी चेक करा लेने कि पत्थरी वाकई यही सी कि होर भी है क्योंकि डॉक्टर कहता सी नेड़े तेड़े होर भी कोई पत्थरियां ने वो कहन लगी साईं जी हाले भी अकीदा नहीं आया हाले भी अकीदा नहीं आया इस पत्थरी दे रूप च तुहाडियां सारियां पत्थरियां निकल गईयां हुण तुसी बरी हो हुण तुहानूं कुछ भी नहीं कहिंदे मैं ओ बीबी कहिंदी कहिंदे मैं दावे नाल कहिंदी आ गुरु दे भरोसे ते हुण कोई तुहानूं पत्थरी नहीं तुहानूं रिलीफ महसूस हो रहा कहिंदे जी हो रहा सतसंग अगले दिन गए सुणियो अगले दिन गए डॉक्टर दे कोल कि डॉक्टर साहब चैक करो डॉक्टर कहिंदा वी तुहाडा तां ऑपरेशन सी कहते चेक तो करो हम डॉक्टर साहब लगे ने सात संगत अल्ट्रासाउंड करते पे ने पत्थरी कितने गई वो कदे इधर वेखे उधर वेखे हैरान परेशान बीबी कहती डॉक्टर साहब की होया कहने दो मिनट रुक जाओ इदा इदा वेखी जाए वेखी की होया
ਕਹਿੰਦਾ ਪਥਰੀ ਆਈ ਨਹੀਂ, ਪਥਰੀ ਕਿੱਥੇ ਗਈ? ਇਹਦਾ ਆਪਰੇਸ਼ਨ ਹੋਣਾ ਸੀ, ਪਥਰੀ ਸੀ ਇਹਦੇ ਯੂਰਨਲ ਪਾਈਪ 'ਚ, ਯੂਰਨਲ ਪਾਈਪ ਵੀ ਬਿਲਕੁਲ ਨਾਰਮਲ ਹੈ, ਹਰ ਚੀਜ਼ ਠੀਕ ਹੈ, ਪਥਰੀ ਹੈ ਹੀ ਨਹੀਂ, ਪਥਰੀ ਕਿੱਥੇ ਗਈ? ਤੇ ਬੀਬੀ ਨੇ ਆਉਂ ਸਾਧ ਤਲੀ ਕੀਤੀ, ਕਹਿੰਦੇ ਪਥਰੀ ਆ ਰਹੀ ਆ, ਆਖੋ ਸਤਨਾਮ। ਹਾਂਜੀ ਬੀਬੀ ਕਹਿੰਦੇ ਡਾਕਟਰ ਸਾਹਿਬ ਪਥਰੀ ਆ ਰਹੀ, ਆ ਪਥਰੀ ਜੀ। ਡਾਕਟਰ ਸਾਹਿਬ ਇਹ ਮੇਰੇ ਗੁਰੂ ਨਾਨਕ ਦੀ ਬਰਕਤ ਹੈ, ਤੁਸੀਂ ਜਿਸ ਪੱਥਰੀ ਨੂੰ ਲੱਭਦੇ ਪਏ ਹੋ ਉਹ ਪੱਥਰੀ ਨਿਕਲ ਚੁੱਕੀ ਹੈ, ਔਰ ਉਸ ਪੱਥਰੀ ਨੇ ਨਿਕਲਦਿਆਂ ਬਾਕੀ ਸਾਰੀਆਂ ਪੱਥਰੀਆਂ ਨੂੰ ਨਾਲ ਲੈ ਲਿਆ। ਹੁਣ ਮੇਰਾ ਆਦਮੀ ਇਸ ਰੋਗ ਤੋਂ ਮੁਕਤ ਹੈ। ਡਾਕਟਰ ਹੈਰਾਨ ਸੀ, ਕਹਿੰਦੇ ਇਹ ਕਿੱਦਾਂ ਹੋ ਸਕਦਾ ਭਾਈ, ਯੂਰਨਲ ਪਾਈਪ ਦੇ ਵਿੱਚ ਪੱਥਰੀ ਉਹ ਵੀ 10 mm ਦੀ ਬਿਨਾਂ ਆਪਰੇਸ਼ਨ ਦੇ ਨਹੀਂ ਨਿਕਲ ਸਕਦੀ। ਕਹਿੰਦੇ ਡਾਕਟਰ ਸਾਹਿਬ ਤੁਸੀਂ ਦੇਖੋ ਪੱਥਰੀ ਹੈ, ਕਹਿੰਦਾ ਨਹੀਂ ਹੈ, ਕਹਿੰਦੇ ਬਸ ਆ ਰਹੀ ਪੱਥਰੀ। ਸਤ ਸੰਗਤ ਆ ਅਕੀਦੇ ਨੇ, ਆ ਵਿਸ਼ਵਾਸ ਕਰਮਾ ਵਾਲਿਓ, ਇਸ ਘਰ ਚੋਂ ਹਰ ਸ਼ੈ ਤੁਹਾਨੂੰ ਮਿਲ ਜਾਏਗੀ, ਹਰ ਸ਼ੈ, ਪਰ ਸ਼ਰਤ ਇੱਕ ਹੈ, ਅਕੀਦੇ ਚ ਬਹਿ ਜਾਓ, ਵਿਸ਼ਵਾਸ ਚ ਬਹਿ ਜਾਓ। ਜਦੋਂ ਘਰ ਆਏ ਸਤਸੰਗ, ਹੋਰ ਸਾਰਿਆਂ ਨੂੰ ਪਤਾ ਲੱਗਾ ਇਹਨਾਂ ਦਾ ਤਾਂ ਅਕੀਦਾ ਬਣਿਆ ਹੀ ਸੀ ਨਾ, ਇਹਨਾਂ ਦਾ ਹੋਰਾਂ ਦਾ ਵੀ ਅਕੀਦਾ ਬਣ ਗਿਆ ਕਿ ਬਾਣੀ ਚ ਐਡੀ ਤਾਕਤ ਹੈ, ਨਾਮ ਚ ਐਨੀ ਤਾਕਤ ਹੈ, ਭਜਨ ਚ ਬੰਦਗੀ ਚ ਐਨੀ ਤਾਕਤ। ਮੈਂ ਕਹਿੰਦਾ ਨਾਮ ਸਾਰੇ ਜਪਦੇ ਨੇ ਜੀ, ਮੈਨੂੰ ਬਖਸ਼ ਲੈਣਾ ਜਿਹੜੀ ਮੈਂ ਹੁਣ ਗੱਲ ਕਰਨ ਲੱਗਾ, ਨਾਮ ਸਾਰੇ ਜਪਦੇ ਨੇ ਪਰ ਭਰੋਸੇ ਚ ਸਿਦਕ ਦੇ ਵਿੱਚ ਕੋਈ ਵਿਰਲਾ ਜਪਦਾ ਹੈ। ਆਖੋ ਸਤਨਾਮ। ਭਰੋਸੇ ਚ ਸਿਦਕ ਦੇ ਵਿੱਚ ਕੋਈ ਵਿਰਲਾ ਜਪਦਾ। ਅੱਜ ਸਤਸੰਗਤ ਉਹ ਬੀਬੀ ਦਾ ਵੀ ਸਹਿਜ ਪਾਠ ਚੱਲਦਾ ਪਿਆ ਤੇ ਆਦਮੀ ਦਾ ਵੀ ਸਹਿਜ ਪਾਠ ਚੱਲਦਾ ਪਿਆ। ਹੁਣ ਅਕੀਦੇ ਚ ਜੁੜੇ ਹੋਏ ਨੇ, ਵਿਸ਼ਵਾਸ ਚ ਜੁੜੇ ਹੋਏ ਨੇ ਤੇ ਸਤਸੰਗਤ ਹੁਣ ਇਹ ਪਰਿਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰਦਾ, ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੇਨਤੀਆਂ ਕਰਦਾ, ਹੇ ਗਰੀਬ ਨਿਵਾਜ, ਜਿਸ ਬਾਣੀ ਦੇ ਨਾਲ, ਜਿਸ ਨਾਮ ਦੇ ਨਾਲ ਤੁਸੀਂ ਸਾਨੂੰ ਗੰਢਿਆ, ਹੇ ਗਰੀਬ ਨਿਵਾਜ ਕਿਰਪਾ ਰੱਖਣੀ, ਜਿਸ ਨਾਮ ਦੇ ਨਾਲ, ਜਿਸ ਬਾਣੀ ਦੇ ਨਾਲ ਤੁਸੀਂ ਸਾਨੂੰ ਗੰਢਿਆ ਗਰੀਬ ਨਿਵਾਜ ਕਿਰਪਾ ਰੱਖਣੀ, ਹੁਣ ਅਖੀਰਲੇ ਸਵਾਸਾਂ ਤੱਕ ਮਹਾਰਾਜ ਇਸ ਨਾਮ ਦੇ ਨਾਲ ਗੰਢੀ ਰੱਖਣਾ। ਆਖੋ ਸਤਨਾਮ। ਆਪਣੀ ਦਇਆ ਕਰੋ, ਆਪਣੀ ਦਇਆ ਕਰੋ, ਆਪਣੀ ਦਇਆ ਕਰੋ, ਆਪਣੀ ਪਰਿਵਾਰ ਬੇਨਤੀਆਂ ਕਰ ਰਿਹਾ, ਅਸੀਂ ਵੀ ਬੇਨਤੀਆਂ ਕਰੀਏ, ਕਰੀਏ ਜੀ ਬੇਨਤੀਆਂ, ਕਰੋ ਸਾਰੇ ਕਰੋ ਜੀ ਬੇਨਤੀ। ਆਪਣੀ ਦਇਆ ਕਰੋ ਵਾਹਿਗੁਰੂ, ਆਪਣੀ ਦਇਆ ਕਰੋ, ਆਪਣੀ ਦਇਆ ਕਰੋ, ਆਪਣੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
गुरु वाहे गुरु वाहे गुरु नानक नाम मिले पाओ पंजन 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 गुर शब्दी सुख पावणे आ गुर शब्दी सुख पावणे आ गुर शब्दी सुख पावणे आ नानक नाम मिले पाओ पंजन नानक नाम मिले पाओ नानक नाम मिले पाओ पंजन नानक नाम मिले पाओ पंजन पाओ डर पंजन खत्म केड़ा डर रह गया जी केड़ा दुख रह गया नाम दे करके हर डर हर दुख दूर है दूर है गुर शब्दी सुख पावणे आ सुख पावणे आ और गुरु दे शब्द दी कमाई कोई करे गुरु दे बोलां दी कोई कमाई करे कमाई तां तां करेगा ना जे गुरु दे बोल समझ लगणगे बाणी समझ लगे ते बाणी समझण वास्ते बाणी विचार के पढ़नी पेगी आपको सतनाम मैं फिर अर्ज करन लगा लगदे हाथ ए जेड़ा अर्थां वाला सहज पाठ शुरू होया बाणी विचार के पढ़नी करमां वाले हो जिन्हां ने हाले तक ए अर्थां वाला सहज पाठ शुरू नहीं कीता बाणी विचार के नहीं पढ़दी उन्हां दे चरणां च बेनती है जे चाहुंदे हो गुरु नानक दी रहमत तुहाडे घर नचे पक्षीशां वर्तन रहमतां वर्तन करमां वालिओ बाणी विचार के पढ़ो चार अंग जे तुसी रोज दे कर लोगे ना चार अंग रोज आण वाला जिहड़ा गुरप्रभ गुरु नानक साहब महाराज दा अगले साल 550 साल उस गुरप्रभ तक प्रकाश पुरब तक तुहाडा एक सहज पाठ अर्थां वाला सत्संग पूरी बाणी विचार के ओ अर्थां वाला सहज पाठ तैयार हो जाएगा जो तुसी उस दिन गुरु नानक साहब नूं भेटा दे सकोगे मेरे सतगुरु जी कहिंदे ने गुर शब्दी सुख पावणिया गुर शब्दी सुख पावणिया गुर शब्दी सुख पावणिया गुर शब्दी सुख पावणिया नानक नाम मिले पाओ पंजन 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 नानक नाम नानक नाम मिले 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 नानक नाम अंदरों मंगयो अंदरों अपनी दया करो करो अपनी दया करो अंदरों बोलो अपनी दया करो करो अपनी दया करो नानक नाम मिले 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 नानक नाम मिले
साहिब कमाल श्री गुरु गोबिंद सिंह जी वालों तख्त श्री केसगढ़ साहब के स्थान ते सजाए पंज प्यारियां विचों पहले लाडले महान गुरसिख भाई दया सिंह दे नाम ते 1997 विच तन तन श्री गुरु ग्रंथ साहिब जी दा ओट आसरा अते भाई साहिब भाई गुरिकवास सिंह जी आसीस नाल सिख पंथ दी सत्कारयोग शख्सियत अते गुरु घर दे प्रसिद्ध कीर्तनीए भाई गुरशन सिंह जी ने कुछ सहयोगियों नाल मिलके भाई दया सिंह जी निष्काम सतसंग सभा लुधियाना दी स्थापना कीती। भाई गुरशन सिंह जी दा समुचा जीवन ही सेवा सिमरन मनुखता दे भले नूं समर्पित है। तन तन श्री गुरु ग्रंथ साहिब जी दे ओट आसरे सदका भाई साहिब जी भाई दया सिंह जी निष्काम सतसंग सभा राही सिखी अते धर्म दा प्रचार करके समूह सिख संगत नूं गुरबाणी अते शब्द कीर्तन राही गुरु चरण नाल जोड़ रहे ने अते तन तन श्री गुरु ग्रंथ साहिब जी दा संदेश घर घर विच पहुंचा रहे ने। सतगुरु जी दी बख्शिश अते संगत तों मिले बडमुल्ले सहयोग सदका भाई गुरशन सिंह जी भाई दया सिंह जी निष्काम सतसंग सभा राही समाज भलाई अते मनुखता दी भलाई लई अहम कार्ज कर रहे ने। गुरु साहिब जी भाई साहब जी कोलों 3 हस्पतालां अते 2 अकैडमियां दी सेवा लै रहे ने जो वक्खो वक्खरे इलाकियां विच ने। भाई साहब ते उहनां दे सहयोगियां ने सब तों पहलां 2004 विच 379 शहीद भगत सिंह नगर पखोवाल रोड लुधियाना विखे भाई दया सिंह चैरिटेबल हस्पताल यूनिट नंबर 1 दी शुरुआत कीती। इस तों बाद भाई साहब ने 2007 विच दूसरे हस्पताल भाई दया सिंह जी चैरिटेबल यूनिट नंबर 2 प्रेम विहार टिब्बा रोड लुधियाना दी स्थापना कीती। ए इलाका जो कि मेडिकल अते सेहत सहूलतां तो सखना सी भाई साहब ने संगत दे सहयोग नाल ए हस्पताल बना के गरीब अते लोड़वंद लोकां लई बहुत ही भले दा कम कीता है। इत्थे हस्पताल दे नाल ही भाई दया सिंह जी कंप्यूटर अकैडमी अते भाई दया सिंह जी गुरमुख संगीत अकैडमी दी स्थापना भी कीती। इत्थे विशेष करके नौजवान बच्चियां नूं गुरबाणी कीर्तन अते कंप्यूटर दे हर तरह दे कोर्सां दी विद्या दित्ती जांदी है। इस तरह इस संस्था विद्या दे खेत्र विच दाखिल हुई। भाई साहब ने गुरु साहब दी मेहर सदका यूनिट नंबर 3 समराला रोड नेड़े समराला चौक लुधियाना दी स्थापना 2011 विच कीती। इन्हां तिन्हां हस्पतालां विच बाकी हस्पतालां नालों बहुत घट रेटां ते सारे इलाज माहर डाक्टरां द्वारा लेटेस्ट मशीनां राहीं कीते जांदे ने। इन्हां तिन्हां हस्पतालां विच काफी दवाईयां फ्री भी दित्तियां जांदियां ने। तिन्हां ही हस्पतालां विच जात पात दे भेद भाव तों रहित हर गरीब अते लोड़वंद मरीज दा इलाज कीता जांदा है। इन्हां हस्पतालां दा मुख मंत्र भी है जो जी आए सो राजी जाए। इत्थे जिक्र योग है कि भाई साहब जी जिथे सारियां सेवावां संस्था दे मुख संचालक दे तौर ते बिल्कुल निष्काम कर रहे ने उत्थे उन्हां दी उपजीविका दा साधन अपनी खुद दी किरत है। भाई साहब जी LIC कंपनी विच इंश्योरेंस एडवाइजर दे तौर ते काम कर रहे ने। आप जी इस कंपनी विच MD RD दी डिग्री प्राप्त कर चुके ने जो कि लाइफ इंश्योरेंस दे खेत्र विच बहुत वड्डा मुकाम है। सतगुरु जी दी कृपा नाल इस प्राप्ति तों बाद आप जी हेल्थ इंश्योरेंस दे खेत्र विच ही दाखिल होए ने। इस खेत्र विच भी आप जी ने पूरी तनदेही नाल मेहनत करके अपनी महत्वपूर्ण थां बनाई है। घर गृहस्थी चलाउण वास्ते सतगुरु जी दी कृपा द्वारा इन्हां कृता राही बहुत चंगी आमदन प्राप्त हो रही है। जो भी माया भाई गुरशन सिंह दे कीर्तन राही जां होर किसे भी रूप विच कितों भी प्राप्त हुंदी है उसदा इक इक दमड़ा आप जी दी अमानत समझ के इन्हां सारियां सेवावां विच वरत्या जांदा है। इस संस्था नूं हर समें हर घड़ी हर पल आप जी दे निघे प्यार सहयोग अते आसीसां दी लोड़ है जी। आप जी इन्हां मनुखता दीआं सेवावां लई अपना दसवंध इन्हां बैंक अकाउंटां विच जमा करवा सकते हो। एक अकाउंट भाई दया सिंह जी निष्काम सत्संग सभा दे नाम ते ने। ICICI बैंक अकाउंट नंबर 0642010000844 RTGS NEFT IFSC ICICI 0000642 दसवंध जमा कराने समय इन्हां फोन नंबरां ते अपने नाम अते पूरे पते दी जानकारी देना जरूरी है ताकि आप जी द्वारा भेजी गई माया दी रसीद अते सम्मान आप जी नूं भेजा जा सके। इस संस्था दे वधेरे जानकारी प्राप्त करने लई आप जी www.bhaidayasinghji.com अते www.bhaigurshansinghji.com ते विजिट कर सकते हो। जो भी माया आप इस संस्था नूं भेज दियो उसते आप जी इनकम टैक्स दी धारा 80G दे अधीन छूट प्राप्त कर सकदे। अगर तुहानू ए वीडियो वधिया लगी है तां लाइक करो अते अग्गे शेयर जरूर करो जी।